ਪਹਿਲਾ ਬਚਨ 14 ਸ਼ਬਦ 12 ਸਾਰ ਬਚਨ ਬਾਣੀ ਸਵਾਮੀ ਜੀ ਮਹਾਰਾਜ। ਜਗ ਮੇ ਕੋਰ ਅੰਧੇਰਾ ਪਾਰੀ ਤਨ ਮੇ ਤਮਕਾ ਪੰਡਾਰ ਜਗ ਮੇ ਕੋਰ ਅੰਧੇਰਾ ਪਾਰੀ ਤਨ ਮੇ ਤਮਕਾ ਪੰਡਾਰ। ਇਹ ਬਾਣੀ ਹਜ਼ੂਰ ਸਵਾਮੀ ਜੀ ਮਹਾਰਾਜ ਦੀ ਹੈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਇਹ ਸੰਸਾਰ ਦੀ ਹਾਲਤ ਦੱਸ ਰਹੇ ਨੇ ਕਿ ਜਗ ਮੈਂ ਘੋਰ ਅੰਧੇਰਾ ਭਾਰੀ ਤਨ ਮੈਂ ਤਮਕਾ ਪੰਡਾਰਾ। ਇਸ ਸੰਸਾਰ ਦੇ ਵਿੱਚ ਜੋ ਅਸੀਂ ਰੋਸ਼ਨੀ ਦੇਖ ਰਹੇ ਹਾਂ, ਅਸੀਂ ਕਹਿੰਦੇ ਹਾਂ ਕਿ ਦਿਨ ਚੜ੍ਹਿਆ, ਸਭ ਕੁਛ ਨਜ਼ਰ ਆ ਰਿਹਾ, ਲੇਕਿਨ ਸੰਤਾਂ ਦੀ ਬਾਣੀ ਦੇ ਮੁਤਾਬਕ ਅਸੀਂ ਸਾਰੇ ਹਨੇਰੇ ਵਿੱਚ ਹੀ ਫਿਰ ਰਹੇ ਹਾਂ। ਔਰ ਜੋ ਸੰਤਾਂ ਮਹਾਂਪੁਰਸ਼ਾਂ ਨੇ ਬਾਣੀਆਂ ਬਣਾਈਆਂ ਨੇ, ਸੋਚ ਵਿਚਾਰ ਕੇ ਬਣਾਈਆਂ ਨੇ, ਸਾਰੇ ਸੰਸਾਰ ਦੀ ਹਾਲਤ ਦੱਸ ਰਹੇ ਗੁਰੂ ਸਾਹਿਬ ਜੀ ਕਿ ਜਗ ਮੈਂ ਕੋਰ ਅੰਧੇਰਾ, ਥੋੜ੍ਹਾ ਨਹੀਂ ਦੱਸਿਆ ਉਹਨਾਂ ਨੇ, ਕੋਰ ਅੰਧੇਰਾ ਦੱਸਿਆ ਹੈ ਔਰ ਬਹੁਤ ਭਾਰੀ ਹੈ। ਤਨ ਮੈਂ ਤਮਕ ਭੰਡਾਰਾ, ਹੁਣ ਦੇਖ ਲਈਏ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਸਮਝਾਇਆ ਬਾਣੀਆਂ ਵਿੱਚ ਬਿਲਕੁਲ ਠੀਕ ਸਮਝਾਇਆ। ਸਾਰੀ ਉਮਰ ਬੰਦਾ ਕਮਾਉਂਦਾ ਰਹਿੰਦਾ ਹੈ, ਕਮਾਉਂਦਾ ਰਹਿੰਦਾ ਹੈ, ਲੇਕਿਨ ਇਹ ਤਮਾ ਇਸਤੀ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਔਰ ਇਹ ਤਮਾ ਦਾ ਭੰਡਾਰ ਕਿਸੇ ਦਾ ਪੂਰਾ ਹੁੰਦਾ ਹੀ ਨਹੀਂ, ਇਸ ਨੂੰ ਪੂਰਾ ਕਰਦਾ ਹੀ ਚਲਾ ਜਾਂਦਾ, ਪੂਰਾ ਫਿਰ ਵੀ ਨਹੀਂ ਹੁੰਦਾ ਹੈ। ਬੜੇ ਬੜੇ ਰਾਜੇ ਮਹਾਰਾਜੇ ਆਏ ਸੰਸਾਰ ਦੇ ਵਿੱਚ, ਬੜੇ ਬੜੇ ਅਮੀਰ ਬਾਦਸ਼ਾਹ ਸੀ, ਤਮਾ ਉਹਨਾਂ ਦੀ ਵੀ ਪੂਰੀ ਨਹੀਂ ਹੋਈ। ਔਰ ਸੰਸਾਰ ਦੇ ਵਿੱਚ ਜੋ ਕੋਰ ਅੰਧੇਰਾ ਗੁਰੂ ਸਾਹਿਬ ਜੀ ਦੱਸ ਰਹੇ ਨੇ, ਕੋਰ ਅੰਧੇਰਾ ਇੱਕ ਐਸਾ ਉਸ ਕਾਲ ਕਰਤੇ ਨੇ ਜਦੋਂ ਤੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਐਸਾ ਜੀਵ ਨੂੰ ਚੱਕਰ ਦਿੱਤਾ ਹੈ ਕਿ ਉਹਨੂੰ ਪਤਾ ਹੀ ਕੁਛ ਨਹੀਂ ਕਿ ਮੈਂ ਆਇਆ ਕਿੱਥੋਂ ਹੈ, ਜਾਣਾ ਕਿੱਥੇ ਹੈ, ਅੱਗੇ ਮੇਰੇ ਨਾਲ ਕੀ ਹੋਵੇਗਾ। ਰਾਤ ਨੂੰ ਸੁਪਨੇ ਵਿੱਚ ਦੇਖਦੇ ਹਾਂ ਅਸੀਂ ਬਾਦਸ਼ਾਹ ਬਣੇ ਹੁੰਦੇ ਹਾਂ, ਦਿਨੇ ਰੂੜੀਆਂ 'ਤੇ ਫਿਰਦੇ ਹੁੰਦੇ ਹਾਂ, ਕਿਆ ਇਹ ਸੱਚ ਹੈ? ਰਾਜੇ ਜਨਕ ਬਾਦਸ਼ਾਹ ਦੇ ਵਕਤ ਆਪਣੇ ਮਹੱਲਾਂ ਵਿੱਚ ਸੁੱਤਾ ਹੋਇਆ ਹੈ ਰਾਜਾ ਜਨਕ। ਬਹੁਤ ਗਰਮੀ ਸੀ, ਮਹੱਲ ਨੂੰ ਠੰਡਾ ਰੱਖਣ ਵਾਸਤੇ ਕਈ ਤਰ੍ਹਾਂ ਦੇ ਇੰਤਜ਼ਾਮਾਤ ਕੀਤੇ ਗਏ। ਆਪਣੇ ਮਖਮਲੀ ਗੱਦਿਆਂ 'ਤੇ ਸੁੱਤਾ ਹੋਇਆ ਰਾਤ ਨੂੰ ਕੀ ਦੇਖਦਾ ਹੈ ਕਿ ਦੂਸਰੇ ਬਾਦਸ਼ਾਹ ਨੇ ਹਮਲਾ ਕਰ ਦਿੱਤਾ ਹੈ, ਹਮਲਾ ਕਰ ਦਿੱਤਾ ਬਾਦਸ਼ਾਹ 'ਤੇ, ਰਾਜੇ ਜਨਕ 'ਤੇ। ਇਤਨੀ ਫੌਜ ਆ ਗਈ ਕਿ ਰਾਜੇ ਜਨਕ ਨੂੰ ਛੱਡ ਕੇ ਆਪਣੇ ਮਹੱਲ ਜਾਣਾ ਪਿਆ, ਸੁਪਨਾ ਦੇਖ ਰਿਹਾ।
ਤੁਰ ਪਿਆ ਹੈ ਆਪਣੇ ਮਹੱਲਾਂ ਤੋਂ ਬਾਹਰ, ਨੱਠਾ ਜਾਂਦਾ ਹੈ ਡਰਦਾ ਮਾਰਾ। ਔਰ ਬਾਦਸ਼ਾਹ ਨੇ ਦੂਸਰੇ ਨੇ ਐਲਾਨ ਕੀਤਾ ਸੀ ਇਸ ਨੂੰ ਗਾਲਾਂ ਵੀ ਕੱਢੋ, ਜੋ ਹੈਗਾ ਦੀ ਬੇਇੱਜ਼ਤੀ ਕਰੋ ਆਪਣੇ। ਬੇਇੱਜ਼ਤੀ ਤੋਂ ਡਰਦਾ ਨੱਠਾ ਗਿਆ, ਸੁਪਨੇ ਵਿੱਚ ਦੌੜ ਰਿਹਾ ਹੈ। ਰੇਤ ਆਈ ਬਹੁਤ, ਰੇਤੀ ਰੇਤ ਸੀ, ਪੈਰ ਵੀ ਸੜਦੇ ਸੀ, ਭੁੱਖ ਵੀ ਲੱਗੀ ਸੀ, ਤੇਹ ਵੀ ਲੱਗੀ ਸੀ। ਦੇਖਦਾ ਪਾਣੀ ਕਿੱਥੋਂ ਲੰਮਾ, ਰੋਟੀ ਕਿੱਥੋਂ ਖਾਵਾਂ। ਦੂਰ ਦੇਖਿਆ ਇੱਕ ਥਾਂ 'ਤੇ ਲੰਗਰ ਲੱਗਾ ਸੀ, ਉੱਥੇ ਜਾ ਕੇ ਪਹੁੰਚਿਆ, ਥਾਲੀ ਲਈ ਹੈ, ਅੱਗੇ ਹੋ ਕੇ ਖੀਰ ਪਵਾਉਣ ਲੱਗਾ। ਦੋ ਸਾਣ ਆਪਸ ਵਿੱਚ ਭਿੜੇ, ਉਹਦੇ ਵਿੱਚ ਵੱਜੇ, ਥਾਲੀ ਉਸਦੀ ਡੁੱਲ ਗਈ। ਉੱਚੀ ਉੱਚੀ ਬਹੁਤ ਰੋਇਆ, ਇਤਨਾ ਰੋਇਆ ਕਿ ਉਹਦੀ ਬੱਸ ਹੋ ਗਈ, ਇਤਨੇ ਚਿਰ ਨੂੰ ਜਾਗ ਖੁੱਲ੍ਹ ਗਈ। ਦੇਖਦਾ ਇਹ ਮੇਰੇ ਨਾਲ ਕੀ ਹੋ ਗਿਆ, ਕਿਤੇ ਇਹ ਗੱਲ ਸੱਚ ਨਾ ਹੋ ਜਾਵੇ ਇਸੇ ਤਰ੍ਹਾਂ ਮੇਰੇ ਨਾਲ। ਜੇ ਸੱਚ ਹੋ ਗਈ ਤਾਂ ਮੇਰੇ ਵਾਸਤੇ ਬਹੁਤ ਮਾੜੀ ਹੈ। ਰਾਜ ਦੇ ਸਾਰੇ ਜਿਤਨੇ ਰਿਸ਼ੀ ਮਣੀ ਨਜ਼ੂਮੀ ਜੋ ਵੀ ਹੈ ਸਨ, ਬੁਲਾਏ ਸਾਰੇ, ਔਰ ਇਹ ਸਵਾਲ ਰੱਖ ਦਿੱਤਾ ਕਿ ਜੋ ਮੈਂ ਰਾਜ ਕਰ ਰਿਹਾ ਇਹ ਸੱਚ ਹੈ ਕਿ ਜਾਂ ਸੁਪਨਾ ਦੇਖਿਆ ਉਹ ਸੱਚ ਹੈ। ਹੁਣ ਇਸ ਗੱਲ ਦਾ ਜਵਾਬ ਕਿੰਨੇ ਦੇਣਾ ਸੀ, ਕੋਈ ਇਤਨਾ ਤਾਂ ਕੋਈ ਬੰਦਗੀ ਵਾਲਾ ਹੈ ਹੀ ਨਹੀਂ ਸੀ। ਤਖ਼ਤ ਬਣਾ ਦਿੱਤਾ ਕਿ ਤਖ਼ਤ 'ਤੇ ਬੈਠ ਕੇ ਜਵਾਬ ਦੇਵੇ, ਅਗਰ ਜਵਾਬ ਨਹੀਂ ਦੇਵੇਗਾ ਤਾਂ ਸਜਾਏ ਮੌਤ ਹੈ, ਜੇ ਸਵਾਲ ਨਹੀਂ ਨਿਕਲਿਆ ਤਾਂ। ਹੁਣ ਹੈ ਤਾਂ ਸਭ ਰੋਟੀਆਂ ਖਾਣ ਵਾਲੇ ਸੀ, ਅਸ਼ਟਾਵਕਰ ਜੀ ਵੀ ਆਏ ਸੀ, ਅਸ਼ਟਾਵਕਰ ਜੀ ਉੱਠੇ, ਉੱਠ ਕੇ ਖੜ੍ਹੇ ਹੋਏ। ਉਹਨਾਂ ਦੇ ਸਰੀਰ ਨੂੰ 8 ਬਲ ਪੈਂਦੇ ਸੀ, ਉਹਨਾਂ ਨੂੰ ਅਸ਼ਟਾਵਕਰ ਕਿਹਾ ਜਾਂਦਾ ਸੀ। ਸਾਰੇ ਜਿਤਨੇ ਸੀ ਜੋਗੀ ਜਗੀਸ਼ਰ ਦੇਖ ਕੇ ਹੱਸੇ ਆ ਕਿ ਇਹ ਜਵਾਬ ਦੇਵੇਗਾ, ਇਹਦੀ ਮੌਤ ਆਈ, ਇਹ ਹੁਣ ਮਰੇਗਾ। ਇਹ ਜਾ ਕੇ ਤਖ਼ਤ 'ਤੇ ਬੈਠ ਗਿਆ, ਕਹਿੰਦਾ ਬਾਦਸ਼ਾਹ ਪੁੱਛ ਕੀ ਸਵਾਲ ਹੈ ਤੇਰਾ। ਦੱਸਿਆ ਉਸਨੇ ਕਿ ਇਸ ਤਰ੍ਹਾਂ ਮੇਰੇ ਨਾਲ ਰਾਤ ਹੋਇਆ, ਸੁਪਨੇ ਦੇ ਵਿੱਚ ਹੋਇਆ, ਇਹ ਦੱਸੋ ਇਹ ਸੱਚ ਹੈ ਕਿ ਉਹ ਸੱਚ ਹੈ, ਜੋ ਮੈਂ ਰਾਜ ਕਰ ਰਿਹਾ ਹੈ ਇਹ ਸੱਚ ਹੈ ਕਿ ਉਹ ਸੱਚ ਹੈ। ਅਸ਼ਟਾਵਕਰ ਜੀ ਨੇ ਜਵਾਬ ਦਿੱਤਾ, ਬਾਦਸ਼ਾਹ ਨਾ ਇਹ ਸੱਚ ਨਾ ਉਹ ਸੱਚ, ਇੱਕ ਦਿਨ ਤੂੰ ਬਾਦਸ਼ਾਹ ਨਹੀਂ ਰਹਿਣਾ, ਤੇਰੇ ਤੋਂ ਖੁਸ ਜਾਣਾ ਹੈ। ਜੋ ਤੂੰ ਸੁਪਨਾ ਦੇਖਿਆ ਉਸ ਸੁਪਨਾ ਸੀ ਉਹ ਵੀ ਝੂਠ ਹੈ, ਨਾ ਇਹ ਸੱਚ ਨਾ ਉਹ ਸੱਚ। ਬਾਣੀ 'ਚ ਬਹੁਤ ਸੁੰਦਰ ਲਿਖਿਆ ਹੈ, ਨਿਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਖਾਰੀ। ਨਿਰਪਤ ਏਕ ਸਿੰਘਾਸਨ ਸੋਇਆ, ਨਿਰਪਤ ਰਾਜੇ ਨੂੰ ਕਹਿੰਦੇ ਹੈ, ਸੁਪਨੇ ਪਿਆ ਭਖਾਰੀ, ਅਸ਼ਰਤ ਰਾਤ ਬਿਸ਼ਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਬਾਦਸ਼ਾਹ ਇੱਕ ਤਖ਼ਤ 'ਤੇ ਸੁੱਤਾ ਹੋਇਆ, ਸੁਪਨੇ ਵਿੱਚ ਭਖਾਰੀ ਬਣਿਆ ਫਿਰਦਾ, ਰੋਟੀ ਨੂੰ ਤਰਸਦਾ ਫਿਰਦਾ ਹੈ, ਰੋਟੀ ਮੰਗਦਾ ਫਿਰਦਾ ਹੈ। ਨਿਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਖਾਰੀ, ਅਸ਼ਰਤ ਰਾਤ ਬਿਸ਼ਰਤ ਦੁੱਖ ਪਾਇਆ, ਸਾਰੀ ਰਾਤ ਉਸਨੇ ਦੁੱਖ ਪਾਇਆ, ਸੋਗਤ ਪਈ ਹਮਾਰੀ। ਇਹ ਹਾਲ ਸਾਡਾ ਹੋ ਚੁੱਕਾ ਹੈ, ਸਾਨੂੰ ਨਾ ਆਉਣ ਵਾਲੇ ਸਮੇਂ ਦਾ ਪਤਾ ਹੈ ਜਾਂ ਅੱਜ ਕੱਲ੍ਹ ਸਾਡੇ ਨਾਲ ਕੀ ਹੋਣਾ ਹੈ। ਅਸੀਂ ਘੋਰ ਅੰਧੇਰੇ ਵਿੱਚ ਪਏ ਹਾਂ, ਔਰ ਜੋ ਤਮਾਂ ਦਾ ਭੰਡਾਰ ਸਾਡੇ ਅੰਦਰ ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਤਨ ਮੈਂ ਇਸ ਸਰੀਰ ਦੇ ਅੰਦਰ ਇੱਕ ਤਮਾ
ਸਾਡੀ ਉਹ ਹੈ, ਭੁੱਖ ਲੱਗਦੀ ਹੈ ਸਾਨੂੰ, ਰੋਟੀ ਖਾ ਲੈਂਦੇ ਹਾਂ, ਸ਼ਾਂਤ ਹੋ ਜਾਂਦੇ ਹਾਂ। ਇੱਕ ਤਮਾ ਹੋਰ ਹੈ ਸਾਡੇ ਅੰਦਰ, ਇਸ ਉਧਰ ਦੇ ਅੰਦਰ ਅਗਨੀ, ਜਿਹੜੀ ਸਾਡੀ ਤਮਾ ਮੁੱਕਦੀ ਨਹੀਂ, ਚਾਹੇ ਅਸੀਂ ਕਰੋੜਾਂ ਦੇ ਮਾਲਕ ਬਣ ਜਾਈਏ, ਅਰਬਾਂ ਦੇ ਮਾਲਕ ਬਣ ਜਾਈਏ, ਕਿਤੇ ਵੀ ਚਲੇ ਜਾਈਏ, ਅਸੀਂ ਹੋਰ ਕਮਾ ਲਈਏ, ਆਖਰ ਦੁੱਖ। ਅਗਰ ਮਾਇਆ ਦੇ ਵਿੱਚ ਸੁੱਖ ਹੁੰਦਾ ਤਾਂ ਸੰਤਾਂ ਮਹਾਂਪੁਰਸ਼ਾਂ ਨੇ ਬਾਣੀਆਂ ਵਿੱਚ ਲਿਖ ਦੇਣਾ ਸੀ। ਇਸ ਮਾਇਆ ਨੇ ਰੋਲ ਦਿੱਤੀ ਸਾਰੀ ਦੁਨੀਆ। ਦੇਖੋ ਬਹੁਤਾ ਧਨ ਕਿਸੇ ਦੇ ਪਾਸ ਹੈ ਉਹ ਵੀ ਦੁਖੀ ਹੈ, ਅਤੇ ਜੇ ਕਿਸੇ ਦੇ ਪਾਸ ਨਹੀਂ ਤਾਂ ਉਹ ਵੀ ਦੁਖੀ ਹੈ। ਧਨਵੰਤੇ ਦੁਖੀ ਆ ਸਭੀ ਨਿਰਧਨ ਦੁੱਖ ਕਾ ਰੂਪ, ਸਾਧ ਸੁਖੀ ਸਹਿਜੋ ਕਹੇ ਪਾਇਓ ਭੇਦ ਅਨੂਪ। ਧਨਵੰਤੇ ਬਹੁਤ ਦੁਖੀ ਨੇ ਜਿਹੜੇ ਅਮੀਰ ਲੋਕ ਨੇ, ਔਰ ਗਰੀਬ ਉਸ ਦੁੱਖ ਨੂੰ ਮੰਗ ਰਿਹਾ ਹੈ। ਧਨਵੰਤੇ ਦੁਖੀਆ ਸਭੀ ਨਿਰਧਨ ਦੁੱਖ ਕਾ ਰੂਪ, ਉਹ ਕਹਿੰਦਾ ਸਾਨੂੰ ਵੀ ਹੋਰ ਮਿਲੇ, ਕਿੱਥੇ ਜਾ ਕੇ ਖਲੋਏ ਗਏ ਤਮਾ ਸਾਡੀ ਕਿ ਅਸੀਂ ਸੁੱਖ ਲੈ ਸਕਦੇ ਹਾਂ। ਜੋ ਮਾਲਕ ਨੇ ਸਾਨੂੰ ਦਿੱਤਾ ਹੋਇਆ, ਜਿਤਨਾ ਦਿੱਤਾ ਹੈ, ਉਸਦਾ ਧੰਨਵਾਦ ਕਰੀਏ ਮਾਲਕ ਦਾ, ਉਹਦੇ ਵਿੱਚ ਖੁਸ਼ ਰਹੀਏ ਸੀ। ਲੇਕਿਨ ਸਾਨੂੰ ਆਪਣਾ ਪੈਸਿਆਂ ਦਾ ਮਾਇਆ ਦਾ ਸੁੱਖ ਨਹੀਂ ਲੈ ਰਹੇ ਜੋ ਮਾਲਕ ਨੇ ਦਿੱਤਾ, ਦੂਜੇ ਦੇ ਸੁੱਖ ਦਾ ਦੁੱਖ ਮਨਾ ਰਹੇ ਸੀ, ਇਹ ਕਿਉਂ ਰੋਟੀ ਖਾ ਰਿਹਾ, ਆਪ ਦੁਖੀ ਹੋ ਰਹੇ ਹਾਂ, ਸਾਨੂੰ ਕੋਈ ਦੁਖੀ ਕਰ ਨਹੀਂ ਰਿਹਾ, ਅਸੀਂ ਆਪ ਦੁਖੀ ਹੋ ਰਹੇ ਹਾਂ। ਜਿਸ ਮਾਲਕ ਨੇ ਸਾਨੂੰ ਪੈਦਾ ਕੀਤਾ ਹੈ, ਜਿਤਨੀ ਕੁੱਲ ਮਖਲੂਕਾਤ ਪੈਦਾ ਕੀਤੀ ਹੈ, ਕੁੱਲ ਮਾਲਕ ਨੇ ਹਰ ਇੱਕ ਦੀ ਰੋਜ਼ੀ ਰੋਟੀ ਲਿਖ ਕੇ ਭੇਜਿਆ ਉਸਨੇ, ਫਿਰ ਚਿੰਤਾ ਕਿਸ ਗੱਲ ਦੀ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਹਨੇ ਤੈਨੂੰ ਭਾਈ ਪੈਦਾ ਕਰਕੇ ਭੇਜਿਆ, ਰੋਜ਼ੀ ਰੋਟੀ ਲਿਖ ਕੇ ਭੇਜੀ ਹੈ, ਕਿਸ ਤਰੀਕੇ ਦੇ ਨਾਲ ਕਿੱਥੋਂ ਮਿਲਣੀ ਹੈ, ਉਸ ਮਾਲਕ ਨੇ ਸਾਡੀ ਸਾਰਿਆਂ ਦੀ ਜੀਵਾਂ ਦੀ ਚੋਗ ਖਿਲਾਰ ਦਿੱਤੀ ਹੈ। ਅਸੀਂ ਆਪਣੀ ਚੋਗ ਚੁੱਕਣ ਵਾਸਤੇ ਕਿਤੇ ਵੀ ਲਿਖੀ ਗਈ ਹੈ, ਉੱਥੇ ਜਾਣਾ ਪੈਣਾ ਸਾਨੂੰ, ਜਾਂਦੇ ਵੀ ਕੋਈ ਵਿਦੇਸ਼ਾਂ ਵਿੱਚ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਇਸ ਮਾਲਕ ਨੇ ਚੋਗ ਖਿਲਾਰੀ ਹੈ। ਪੰਛੀਆਂ ਦੀ ਚੋਗ ਵੀ ਮਾਲਕ ਨੇ ਖਿਲਾਰੀ ਹੋਈ ਹੈ, ਪੰਛੀ ਦਿਨ ਚੜ੍ਹਦਾ ਹੈ ਅਤੇ ਆਪਣੇ ਚੋਗੇ ਦੀ ਤਲਾਸ਼ ਵਿੱਚ ਦੂਰ ਦੂਰ ਚਲੇ ਜਾਂਦੇ ਹੈ, ਬਾਬੂ ਦਫ਼ਤਰਾਂ ਵੱਲ ਚਲੇ ਜਾਂਦੇ ਹੈ, ਬਿਜ਼ਨਸਮੈਨ ਆਪਣੇ ਕਾਰੋਬਾਰ ਵਾਸਤੇ ਚਲੇ ਜਾਂਦਾ ਹੈ। ਉਹਦਾ ਪਿਛਲਾ ਜੋ ਸਾਡੇ ਕਰਮ ਨੇ ਅਸੀਂ ਲੈ ਕੇ ਆਏ ਹਾਂ ਸੰਸਾਰ ਦੇ ਵਿੱਚ, ਉਸ ਦੇ ਹਿਸਾਬ ਨਾਲ ਸਾਡੀ ਜ਼ਿੰਦਗੀ ਚੱਲ ਰਹੀ ਹੈ। ਕਰਮ ਪ੍ਰਧਾਨ ਵਿਸ਼ਵ ਰਚ ਰਾਖਾ, ਜੋ ਜਾ ਸਕੀਨ ਤਸ ਫਲ ਚਾਖਾ। ਕਰਮਾਂ ਦੀ ਗਤੀ ਦੇ ਨਾਲ ਇਹ ਸੰਸਾਰ ਚੱਲ ਰਿਹਾ। ਕੁਛ ਲੋਕ ਮੇਰੇ ਪਾਸ ਕੋਈ ਸੰਸਥਾ ਦੇ ਆਏ ਸੀ, ਅਜੇ ਮੈਂ ਨਵੀਂ ਸੇਵਾ ਮਿਲੀ ਸੀ, ਮੈਨੂੰ ਥੋੜ੍ਹਾ ਚਿਰ ਹੋਇਆ ਬੈਠਿਆਂ ਨੂੰ, ਬੜੀ ਵੱਡੀ ਸੰਸਥਾ, ਉੱਥੇ ਦੇ ਲੋਕ ਆਏ ਮੇਰੇ ਕੋਲ, ਕਹਿਣ ਲੱਗੇ, ਉਹਨਾਂ ਦਾ ਆਦਰ ਮਾਣ ਕੀਤਾ, ਬਿਠਾਇਆ, ਵੀ ਬੈਠੋ ਬਈ, ਚਾਹ ਪਾਣੀ ਪਿਲਾਇਆ। ਕਹਿਣ ਲੱਗੇ ਤੁਹਾਨੂੰ ਬਾਬਾ ਜੀ ਸੇਵਾ ਦੇ ਗਏ। ਮੈਂ ਕਿਹਾ ਭਾਈ ਸੇਵਾਦਾਰ ਹਾਂ ਮੈਂ, ਕਾਫੀ ਪੜ੍ਹੇ ਲਿਖੇ ਹੋ। ਮੈਂ ਨਹੀਂ, ਮੈਂ ਕੋਈ ਖਾਸ ਨਹੀਂ ਪੜ੍ਹਿਆ ਲਿਖਿਆ, ਮੈਂ ਤਾਂ ਇਸ ਤਰ੍ਹਾਂ ਹੀ ਹਾਂ। ਕੋਈ ਕਵੇ ਮੈਂ ਐਵੇਂ ਪੜ੍ਹਿਆ, ਕੋਈ ਕਵੇ ਮੈਂ ਆਹ ਡਿਗਰੀਆਂ ਕੀਤੀਆਂ, ਮੈਂ ਕੀਤੀਆਂ ਹੋਣਗੀਆਂ। ਸਾਧੂ ਮਹਾਤਮਾ ਨੇ, ਅੱਜ ਕੱਲ੍ਹ ਦੇ ਸਾਧੂ ਮਹਾਤਮਾ ਜਿਹੜੇ ਆ ਉਹ ਪੜ੍ਹੇ ਲਿਖੇ ਹੋਣੇ ਚਾਹੀਦੇ ਆ। ਅੱਛਾ, ਮੈਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ?
ਕਹਿੰਦੇ ਤੁਹਾਡੇ ਕੋਲ ਸਾਡੇ ਦੋ ਸਵਾਲ ਨੇ, ਪੁੱਛਣ ਵਾਸਤੇ ਆਏ ਹਾਂ। ਮੈਂ ਤੁਸੀਂ ਬੜੇ ਗਿਆਨੀ ਹੋ, ਬੜੇ ਲਿਖੇ ਹੋ, ਮੈਂ ਇੱਕ ਅਨਪੜ੍ਹ ਬੰਦਾ, ਕੀ ਤੁਹਾਡੇ ਉਸ ਗੱਲ ਦਾ ਜਵਾਬ ਦੇ ਸਕਦਾ? ਕਹਿੰਦੇ ਜਿਹੜਾ ਸੰਸਾਰ ਹੈ ਇਸ ਨੂੰ ਮਾਲਕ ਚਲਾ ਰਿਹਾ, ਇਸ ਦੁਨੀਆਂ ਨੂੰ ਕੌਣ ਚਲਾ ਰਿਹਾ? ਮਾਲਕ ਚਲਾ ਰਿਹਾ, ਮੰਨਦੇ ਹੋ ਤੁਸੀਂ ਇਸ ਗੱਲ ਨੂੰ? ਮੈਂ ਕਿਹਾ ਮੈਂ ਬਿਲਕੁਲ ਨਹੀਂ ਮੰਨਦਾ ਇਸ ਗੱਲ ਨੂੰ ਕਿ ਸੰਸਾਰ ਨੂੰ ਮਾਲਕ ਚਲਾ ਰਿਹਾ। ਇਹ ਉਸ ਪਰਮਾਤਮਾ ਦਾ ਦੇਸ਼ ਹੀ ਨਹੀਂ। ਜੇ ਪਰਮਾਤਮਾ ਦਾ ਦੇਸ਼ ਹੁੰਦਾ ਤਾਂ ਘਾਟਾ ਵਾਧਾ ਨਾ ਹੁੰਦਾ। ਇਹ ਕਾਲ ਦਾ ਦੇਸ਼ ਹੈ, ਸਾਡੇ ਕਰਮ ਚਲਾ ਰਹੇ ਹੈ ਸਾਨੂੰ। ਜਿਹੋ ਜਿਹੇ ਕਰਮ ਕਰਕੇ ਅਸੀਂ ਆਏ ਹਾਂ, ਜਿਹੋ ਜਿਹੇ ਅਸੀਂ ਕਰਮ ਕੀਤੇ ਨੇ ਉਹ ਅਸੀਂ ਇੱਥੇ ਆ ਕੇ ਭੁਗਤ ਰਹੇ ਹਾਂ, ਫਿਰ ਇਹ ਪਰਮਾਤਮਾ ਦਾ ਦੇਸ਼ ਕਿੱਦਾਂ ਹੋ ਗਿਆ ਹੈ? ਜੇ ਤੋ ਗਰ ਹੈ ਕਾਲ ਕਾ, ਗਰ ਆਪਣਾ ਮਤ ਜਾਣ, ਨਿਸ਼ਚੇ ਕਰਕੇ ਮਾਨੀਓ ਜੋ ਬਕਹੋ ਬਖਾਨ। ਹਜ਼ੂਰ ਸਵਾਮੀ ਜੀ ਮਹਾਰਾਜ ਦੀ ਬਾਣੀ ਪੜ੍ਹ ਰਹੇ ਹਾਂ, ਬਹੁਤ ਸੁੰਦਰ ਲਿਖਿਆ ਉਹਨਾਂ ਨੇ ਵੀ ਇਹ ਕਾਲ ਦਾ ਦੇਸ਼ ਹੈ, ਕਾਲ ਦੇ ਦੇਸ਼ ਵਿੱਚ ਕੋਈ ਸੁਖੀ ਨਹੀਂ ਰਹਿ ਸਕਦਾ। ਜਿੱਥੇ ਪਰਮਾਤਮਾ ਦਾ ਦੇਸ਼ ਹੈ, ਨਾ ਉੱਥੇ ਕੋਈ ਮਰਦਾ ਹੈ, ਨਾ ਕੋਈ ਮਾਰਨ ਵਾਲਾ ਹੈ, ਨਾ ਕੋਈ ਦੁੱਖ ਦੇਣ ਵਾਲਾ ਹੈ। ਮਾਵਾਂ ਦੇ ਸਾਹਮਣੇ ਪੁੱਤਰ ਨਹੀਂ ਮਰਦੇ, ਪੁੱਤਰਾਂ ਦੇ ਸਾਹਮਣੇ ਮਾਵਾਂ ਨਹੀਂ ਮਰਦੀਆਂ, ਉਹ ਅਟਲ ਦੇਸ਼ ਹੈ। ਉਹ ਇਸ ਨੂੰ ਦੇਸ਼ ਨੂੰ ਪਰਮਾਤਮਾ ਨੇ ਚਲਾ ਰਿਹਾ, ਸਾਡੇ ਕਰਮ ਚਲਾ ਰਹੇ ਨੇ। ਇੱਕ ਘਰ ਦੇ ਵਿੱਚ ਚਾਰ ਬੱਚੇ ਹੁੰਦੇ ਹੈ, ਕੋਈ ਪੜ੍ਹ ਕੇ ਬੜਾ ਅਫੀਸਰ ਬਣ ਜਾਂਦਾ ਹੈ, ਕੋਈ ਗਲੀਆਂ ਵਿੱਚ ਫਿਰਦਾ ਹੈ, ਕੋਈ ਹਲਵਾਈ ਕਰ ਰਿਹਾ, ਕੋਈ ਹੋਰ ਹੈ, ਇੱਕੋ ਮਾਂ ਦੇ ਜਾਏ ਹੈ, ਕਰਮ ਵੱਖੋ ਵੱਖ ਨੇ। ਮਾਤਾ ਪਿਤਾ ਜਨਮ ਦਿੰਦੇ ਹੈ, ਕਰਮ ਨਹੀਂ ਦਿੰਦੇ, ਕਰਮ ਸਾਡੇ ਆਪਣੇ ਚੱਲਣਗੇ। ਇਹ ਸੰਸਾਰ ਉਸ ਮਾਲਕ ਨੇ ਐਸੀ ਰਚਨਾ ਕੀਤੀ ਹੈ, ਇਸ ਨੂੰ ਦੇਸ਼ ਨੂੰ ਦੁੱਖਾਂ ਦੀ ਨਗਰੀ ਵੀ ਆਖਿਆ ਹੈ। ਇਹ ਸਾਰੇ ਦੁੱਖਾਂ ਦੀ ਨਗਰੀ ਆ, ਦੇਖ ਲਓ ਸਭ ਕੁਝ ਸਾਡੇ ਪਾਸ ਵੀ ਹੈ, ਮਾਲਕ ਨੇ ਸਭ ਕੁਝ ਦਿੱਤਾ ਵੀ ਹੈ, ਮਕਾਨ ਵੀ ਦਿੱਤੇ ਹੈ, ਰੋਟੀ ਪਾਣੀ ਵੀ ਦੇ ਰਿਹਾ, ਸਾਡੀ ਦੇਖਭਾਲ ਵੀ ਕਰ ਰਿਹਾ, ਲੇਕਿਨ ਫਿਰ ਵੀ ਦੁਖੀ। ਇਹ ਦੁੱਖਾਂ ਦਾ ਦੇਸ਼, ਕੋਰ ਹਨੇਰਾ। ਅਸੀਂ ਕਹਿੰਦੇ ਹਾਂ ਦਿਨ ਚੜਿਆ ਹੈ, ਲੇਕਿਨ ਦੇਖੀਏ ਸਾਨੂੰ ਆਪਣੇ ਆਪ ਦਾ ਪਤਾ ਹੈ ਕੋਈ ਕਿ ਅਸੀਂ ਕੌਣ ਹੈ, ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ? ਜਿਹੜੇ ਸਾਡੇ ਘਰ ਵਿੱਚ ਜੀਵ ਆਏ ਨੇ, ਇਹ ਸਾਡੇ ਕੀ ਲੱਗਦੇ ਆ? ਕੀ ਰਿਸ਼ਤੇਦਾਰੀ ਸਾਡੀਆਂ ਨਾਲ, ਕੀ ਸੰਬੰਧ ਨੇ ਸਾਡੇ? ਸੰਜੋਗਾਂ ਦੇ ਨਾਲ ਸੰਜੋਗ ਜੁੜਦੇ ਅਤੇ ਸ਼ਾਦੀਆਂ ਹੁੰਦੀਆਂ ਨੇ, ਉਸ ਦੇ ਬਾਅਦ ਜਿਹੜਾ ਉਹਨਾਂ ਦਾ ਸੰਜੋਗ ਜਿਹੜਾ ਪਿੱਛੋਂ ਰਲਿਆ, ਕੋਈ ਲੈਣਾ ਦੇਣਾ, ਉਹ ਬੱਚੇ ਉਹਨਾਂ ਦੇ ਘਰ ਵਿੱਚ ਆਉਂਦੇ ਹੈ। ਜਿਹਦਾ ਕੋਈ ਨਹੀਂ ਸੰਜੋਗ, ਉਹਦਾ ਨਹੀਂ ਕੋਈ ਹੁੰਦਾ, ਉਹਦਾ ਸੰਜੋਗ ਬਣਦਾ ਹੀ ਨਹੀਂ, ਉਹਦੀ ਵਿਧੀ ਨਹੀਂ ਬਣਦੀ। ਕੌਣ ਚਲਾ ਰਿਹਾ ਇਸ ਦੇਸ਼? ਪਰਮਾਤਮਾ ਨਹੀਂ ਚਲਾ ਰਿਹਾ, ਸਾਡਾ ਇਹ ਦੇਸ਼ ਨਹੀਂ। ਫਿਰ ਤੁਸੀਂ ਕਿਹਨੂੰ ਮੰਨਦੇ ਹੋ, ਕਿਹੜੇ ਦੇਸ਼ ਨੂੰ ਮੰਨਦੇ ਹੋ? ਮੈਂ ਕਿਹਾ ਮੈਂ ਉਸ ਦੇਸ਼ ਨੂੰ ਮੰਨਦਾ, ਹਮ ਉਸ ਦੇਸ਼ ਕੇ ਵਾਸੀ ਹੈ, ਜਹਾਂ ਪਾਰ ਬ੍ਰਹਮ ਕਾ ਖੇਲ, ਦੀਵਾ ਬਲੇ ਅਗਮ ਕਾ ਬਿਨ ਬਾਤੀ ਬਿਨ ਤੇਲ। ਇੱਥੇ ਗਮ ਦੇ ਦੀਵੇ ਬਲ ਰਹੇ ਘਰਾਂ ਦੇ ਵਿੱਚ, ਜਿਹੜੇ ਬੜੇ ਬੜੇ ਮਕਾਨ, ਬੜੀ ਬੜੀ ਕੋਠੀਆਂ, ਬੜੇ ਮਕਾਨ ਦੇਖਦੇ ਹਾਂ, ਬਾਹਰੋਂ ਖੁਸ਼ ਹੁੰਦੇ ਹਾਂ ਕਿ ਲੋਕ ਬੜੇ ਸੁਖੀ ਹੋਣਗੇ, ਅੰਦਰ ਵੜ ਕੇ ਦੇਖੀਏ ਉਹਨਾਂ ਦੇ, ਬੜੇ ਬੜੇ ਜੋ ਦੀਸੇ ਲੋਗਾ, ਤਿਨਕੋ ਵਿਆਪੇ ਚਿੰਤਾ ਰੋਗਾ। ਚਿੰਤਾ ਦਾ ਰੋਗ ਲੱਗਾ ਹੋਇਆ ਸਭ ਨੂੰ, ਔਰ ਘੋਰ ਹਨੇਰੇ ਵਿੱਚ ਅਸੀਂ ਫਿਰ ਰਹੇ ਹਾਂ। ਸੰਤਾਂ ਮਹਾਂਪੁਰਸ਼ਾਂ ਨੇ ਆ ਕੇ
ਸਾਨੂੰ ਦੁਨੀਆਂ ਦੇ ਵਿੱਚ ਆ ਕੇ ਇਸ ਸੰਸਾਰ ਦੇ ਵਿੱਚ ਆ ਕੇ ਸਾਨੂੰ ਸਮਝਾਉਣ ਵਾਸਤੇ ਆਏ, ਸਾਨੂੰ ਉਹਨਾਂ ਪਾਸੋਂ ਜਾਣਕਾਰੀ ਮਿਲੀ ਹੈ ਕਿ ਇੱਕ ਹੋਰ ਅੰਧੇਰਾ ਹੈ, ਦੁੱਖਾਂ ਦਾ ਦੇਸ਼ ਹੈ, ਇਹ ਸਾਡਾ ਦੇਸ਼ ਨਹੀਂ, ਸਾਡਾ ਦੇਸ਼ ਕੋਈ ਹੋਰ ਹੈ, ਬੇਗਮਪੁਰਾ ਸ਼ਹਿਰ ਕਾ ਨਾਉ, ਦੁੱਖ ਅੰਦੋ ਨਹੀਂ ਤੈ ਠਾਉ, ਉੱਥੇ ਕੋਈ ਦੁੱਖ ਨਹੀਂ, ਬੇਗਮ ਦੱਸਿਆ ਉਸਨੂੰ, ਇਹ ਗਮ ਦਾ ਦੇਸ਼, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਉਸ ਦੇਸ਼ ਵਿੱਚ ਜਾਣ ਵਾਸਤੇ ਫਿਰਨ ਵਾਸਤੇ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਉਸ ਦੇਸ਼ ਵਿੱਚ ਕੋਈ ਮਰਦਾ ਨਹੀਂ, ਕੋਈ ਮਰਨ ਵਾਲਾ ਨਹੀਂ, ਕੋਈ ਮਾਰਨ ਵਾਲਾ ਨਹੀਂ, ਨਾ ਕਿਸੇ ਦਾ ਖੌਫ ਹੈ ਸਾਨੂੰ, ਇੱਥੇ ਅਸੀਂ ਗਮ ਦੇ ਸਾਏ ਵਿੱਚ ਜੀ ਰਹੇ ਹਾਂ, ਪਤਾ ਨੂੰ ਕੱਲ੍ਹ ਨੂੰ ਸਾਡੀ ਮਰ ਨਾ ਜਾਈਏ, ਕੋਈ ਨੁਕਸਾਨ ਨਾ ਹੋ ਜਾਏ, ਹਰ ਵੇਲੇ ਚਿੰਤਾ ਵਿੱਚ ਡੁੱਬੇ ਹੋਏ ਹਾਂ, ਉਹ ਮੇਰਾ ਦੇਸ਼ ਹੈ। ਨਾ ਤਸਵੀਸ ਖਿਰਾਜ ਨਾ ਮਾਲ, ਇੱਥੇ ਦੂਸਰੀ ਸਟੇਟ ਵਿੱਚ ਜਾਣਾ ਹੋਵੇ ਸਾਨੂੰ ਕੋਈ ਪਰਮਿਟ ਲੈਣਾ ਪੈਂਦਾ, ਟੈਕਸ ਦੇਣਾ ਪੈਂਦਾ, ਉੱਥੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਜਦੋਂ ਕੋਈ ਮਾਰਨ ਵਾਲਾ ਹੀ ਨਹੀਂ ਉੱਥੇ ਇਸ ਦੇਸ਼ ਦੇ ਵਿੱਚ, ਤਾਂ ਤਰਸ ਕਰਨ ਦੀ ਕੀ ਲੋੜ ਹੈ। ਉਹ ਹੈ ਦੇਸ਼ ਸਾਡਾ, ਇਹ ਕਾਲ ਦਾ ਦੇਸ਼, ਜਗ ਮੈਂ ਕੋਰ ਅੰਧੇਰਾ ਪਾਰੀ, ਤਨ ਮੈਂ ਧਮਕਾ ਭੰਡਾਰਾ, ਆਪਣੀ ਰਚਨਾ ਰਚਾਈ ਉਸ ਗੱਲ ਕਰਤੇ ਨੇ, ਔਰ ਹਰ ਇੱਕ ਜੀਵਨ ਨੂੰ ਫਸਾ ਕੇ ਰੱਖਿਆ ਉਸਨੇ। ਨਿਕਲਣਾ ਵੀ ਚਾਹੁੰਦਾ ਬੰਦਾ, ਕੋਸ਼ਿਸ਼ ਵੀ ਕਰਦਾ ਹੈ, ਲੇਕਿਨ ਬਹੁਤ ਮੁਸ਼ਕਿਲ। ਹਰ ਦਾ ਬੰਦੇ ਦਾ ਦਿਲ ਕਰਦਾ ਹੈ ਕਿ ਮੈਂ ਭਜਨ ਕਰਾਂ, ਮੈਂ ਵੀ ਬੈਠਾਂ, ਉਸ ਮਾਲਕ ਨੂੰ ਯਾਦ ਕਰਾਂ, ਪਰ ਨਹੀਂ, ਫਿਰ ਠਾ ਦਿੰਦਾ ਹੈ। ਅਗਰ ਸਾਡਾ ਕੋਈ ਦੁਨੀਆ 'ਚ ਦੁਸ਼ਮਣ ਹੈ, ਸਾਡਾ ਮਨ ਸਾਡੇ ਪਾਸੋਂ ਗਲਤ ਕਰਮ ਕਰਾ ਕੇ ਸਾਨੂੰ ਨਰਕਾਂ ਵਿੱਚ ਲੈ ਜਾਂਦਾ ਹੈ। ਇੱਕ ਮਨ ਸਾਡਾ ਦੁਸ਼ਮਣ, ਇੱਕ ਮਾਇਆ, ਇਹ ਸਾਡੇ ਨਾਲ ਦੁਸ਼ਮਣੀ ਕਰਦੇ ਆ। ਕੋਈ ਬਿਰਲੇ ਬਿਰਲੇ ਮਹਾਂਪੁਰਸ਼ ਬਚੇ ਇਹਦੇ ਪਾਸੋਂ, ਨਹੀਂ ਤਾਂ ਇਸਨੇ ਬੜਿਆਂ ਬੜਿਆਂ ਨੂੰ ਮਾਰ ਲਿਆ, ਮਾਰ ਲਿਆ ਮਾਇਆ ਨੇ, ਮਾਰ ਮਾਰ ਕੇ ਕਾਮ ਨੇ ਚੂਰ ਕੀਤੇ, ਰਿਸ਼ੀ ਮੁਨੀ ਤਪੀ ਸਧਾਨ ਵਾਲੇ, ਉੱਚੀ ਪਦਵੀ ਤੋਂ ਡੇ ਕੇ ਨੀਚ ਕੀਤੇ, ਜਤ ਸਤ ਸਦਾ ਬਰਤਰ ਖਾਣ ਵਾਲੇ, ਮੋਹ ਲਿਆ ਮਹੇਸ਼ ਸਿੰਘੀ ਰਿਸ਼ੀ ਰਾਜਾ ਪੋਜ ਕਾਲੀਦਾਸ ਉੱਚੀ ਸ਼ਾਨ ਵਾਲੇ, ਸਭ ਜਗਤ ਤੇ ਭਗਤ ਇਸਨੇ ਬਸ ਕੀਤੇ, ਬਚਣਗੇ ਗੁਰੂ ਦਾ ਸ਼ਬਦ ਕਮਾਨ ਵਾਲੇ। ਕੋਈ ਬਿਰਲੇ ਬਿਰਲੇ ਬਚਣਗੇ, ਬੜਿਆਂ ਬੜਿਆਂ ਨੂੰ ਪਲਟੀਆਂ ਲਵਾ ਦਿੱਤੀਆਂ ਇਸਨੇ, ਸੰਸਾਰ ਦੇ ਸਾਹਮਣੇ ਸਭ ਕੁਛ ਹੋ ਰਿਹਾ, ਕੋਈ ਬਿਰਲੇ ਬਿਰਲੇ ਬਚਣਗੇ। ਕਿਹੜੇ ਬਚਣਗੇ? ਜਿਹੜਾ ਸਤਿਗੁਰ ਦਾ ਆਸਰਾ ਲੈਣਗੇ। ਨਾਨਕ ਨੀਵਾਂ ਜੋ ਚਲੇ ਲੱਗੇ ਨਾ ਤੱਤੀ ਵਾਓ। ਜਦੋਂ ਅਸੀਂ ਆਪਣੀ ਔਕਾਤ ਭੁੱਲ ਜਾਂਦੇ ਹਾਂ, ਫਿਰ ਅਸੀਂ ਗਲਤੀਆਂ ਕਰਦੇ ਹਾਂ। ਜੋ ਗੁਰੂ ਸਾਹਿਬ ਜੀ ਬਾਣੀਆਂ ਦੁਆਰਾ ਸਮਝਾ ਰਹੇ ਨੇ ਕਿ ਜਗ ਮੈਂ ਕੋਰ ਹਨੇਰਾ ਪਾਰੀ, ਤਨ ਮੈਂ ਤਨ ਕਾ ਭੰਡਾਰਾ। ਦੂਸਰਾ ਸਵਾਲ ਸੀ ਉਹਨਾਂ ਦਾ, ਸੰਸਥਾ ਵਾਲਿਆਂ ਦਾ, ਚਾਰ ਪੰਜ ਬੰਦੇ ਆਏ ਸੀ ਉਹ। ਇੱਕ ਦਾ ਜਵਾਬ ਮਿਲ ਗਿਆ ਉਹਨਾਂ ਨੂੰ, ਮੈਂ ਕਿਹਾ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕਿ ਪਰਮਾਤਮਾ ਇਸ ਦੇਸ਼ ਨੂੰ ਚਲਾ ਰਿਹਾ।
ਪਰਮਾਤਮਾ ਦੇ ਦੇਸ਼ ਵਿੱਚ ਘਾਟਾ ਵਾਧਾ ਨਹੀਂ ਹੁੰਦਾ, ਨਾ ਕੋਈ ਗਰੀਬ ਹੈ ਨਾ ਕੋਈ ਅਮੀਰ ਹੈ, ਸਭ ਇੱਕ ਜੈਸੇ ਹੈ। ਇਹ ਪਰਮਾਤਮਾ ਦਾ ਦੇਸ਼ ਨਹੀਂ, ਕਾਲ ਦਾ ਦੇਸ਼ ਹੈ। ਦੂਸਰਾ ਸਵਾਲ ਸੀ ਕਿ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਬੰਦਾ ਖਾਲੀ ਆਇਆ ਅਤੇ ਖਾਲੀ ਚਲਾ ਗਿਆ? ਮੈਂ ਕਿਹਾ ਮੈਂ ਨਹੀਂ ਮੰਨਦਾ, ਮੈਂ ਇਹ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਬੰਦਾ ਖਾਲੀ ਆਇਆ ਖਾਲੀ ਚਲਾ ਗਿਆ। ਮੈਂ ਕਿਹਾ ਸੰਤ ਮਹਾਂਪੁਰਸ਼ ਆਏ, ਤੁਸੀਂ ਆਏ ਹੋ ਸਾਰੇ ਸੰਸਾਰ ਵਿੱਚ, ਖਾਲੀ ਆਏ ਹੋ। ਜਦੋਂ ਬੱਚਾ ਜਨਮ ਲੈਂਦਾ ਮੁੱਠੀ ਬੰਦ ਹੁੰਦੀ ਹੈ, ਉਸਦੀ ਮੁੱਠੀ ਦੇ ਵਿੱਚ ਉਹ ਆਪਣੇ ਕਰਮ ਲੈ ਕੇ ਆਉਂਦਾ ਸੰਸਾਰ ਦੇ ਵਿੱਚ, ਕਿੱਦਾਂ ਬੰਦਾ ਖਾਲੀ ਆਇਆ? ਉਹਨਾਂ ਕਰਮਾਂ ਦੇ ਨਾਲ ਅਸੀਂ ਸੰਸਾਰ ਦੇ ਵਿੱਚ ਚੱਲ ਰਹੇ ਹਾਂ। ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ ਉਹੋ ਜਿਹਾ ਲੋਕ ਕਹਿ ਦਿੰਦੇ ਆ। ਸੰਤ ਮਹਾਂਪੁਰਸ਼ ਖਾਲੀ ਆਏ, ਖਾਲੀ ਗਏ, ਦੇਖੇ ਸਾਡੇ ਬਾਬਾ ਜੀ ਆਏ ਖਾਲੀ ਆਏ। ਮੈਂ ਮਿਸਾਲ ਇੱਥੋਂ ਹੀ ਦੱਸਦਾ, ਲੱਖਾਂ ਜੀਵਾਂ ਨੂੰ ਨਾਮਦਾਨ ਦਿੱਤਾ ਉਹਨਾਂ ਨੇ ਔਰ ਸੱਚ ਦਾ ਰਾਹ ਦੱਸਿਆ, ਉਹਨਾਂ ਨੇ ਮਾਲਕ ਦੇ ਘਰ ਦਾ ਰਾਹ ਦੱਸਿਆ ਔਰ ਸਾਰੀ ਦੁਨੀਆਂ ਵਿੱਚ ਨਾ ਕਮਾ ਕੇ ਗਏ। ਕਿਆ ਉਹ ਖਾਲੀ ਗਏ ਦੁਨੀਆਂ ਤੋਂ? ਨਾ ਬੰਦਾ ਖਾਲੀ ਆਇਆ ਨਾ ਬੰਦਾ ਖਾਲੀ ਜਾਂਦਾ ਹੈ। ਕੁਛ ਲੋਕ ਐਸੇ ਹੁੰਦੇ, ਸਮਾਜ ਸੇਵਕ ਵੀ ਹੁੰਦੇ ਨੇ, ਅੱਛੇ ਲੋਕ ਹੁੰਦੇ ਆ, ਪਿੰਡਾਂ ਵਿੱਚ ਹੁੰਦੇ, ਸ਼ਹਿਰਾਂ ਵਿੱਚ ਵੀ ਹੁੰਦੇ ਨੇ, ਲੋਕ ਉਹਨਾਂ ਦੇ ਮਰਨ ਤੋਂ ਬਾਅਦ ਵੀ ਯਾਦ ਕਰਦੇ ਆ। ਕੋਈ ਵਕਤ ਬਣਦਾ ਤਾਂ ਕਹਿੰਦੇ ਅੱਜ ਉਹ ਹੁੰਦਾ ਕਿਤੇ, ਅੱਜ ਕਿਤੇ ਉਹ ਹੁੰਦਾ ਤਾਂ ਇਹ ਦੁੱਖ ਨਾ ਸੀ ਦੇਖਦੇ। ਕਿਆ ਉਹ ਖਾਲੀ ਗਿਆ? ਪਿਛਲਾ ਕਰਮ ਲੈ ਕੇ ਆਇਆ, ਇੱਥੋਂ ਦੁਨੀਆਂ ਦਾ ਜਸ ਖੱਟ ਕੇ ਗਿਆ। ਨਾ ਬੰਦਾ ਖਾਲੀ ਆਉਂਦਾ ਨਾ ਬੰਦਾ ਖਾਲੀ ਜਾਂਦਾ ਹੈ। ਬਹੁਤ ਕੁਛ ਲੈ ਕੇ ਆਉਂਦੇ ਹਾਂ ਅਸੀਂ ਮੁੱਠੀ ਦੇ ਵਿੱਚ ਆਪਣੇ ਕਰਮ। ਮੈਂ ਪਹਿਲੇ ਵੀ ਦੱਸਿਆ ਕਿ ਮਾਤਾ ਪਿਤਾ ਜਨਮ ਦਿੰਦੇ ਆ, ਕਰਮ ਨਹੀਂ ਦਿੰਦੇ, ਕਰਮ ਸਾਡੇ ਆਪਣੇ ਨੇ। ਜੋ ਅਸੀਂ ਦੁਨੀਆਂ ਵਿੱਚ ਕਰਾਂਗੇ ਸਾਡਾ ਇੱਕ ਇਤਿਹਾਸ ਬਣੇਗਾ, ਉਹ ਦੁਨੀਆਂ ਬਾਅਦ 'ਚ ਕਹਿ ਦੇਗੀ ਸਭ ਕੁਛ। ਸਾਹਮਣੇ ਕੋਈ 10 ਨੰਬਰ ਦਾ ਬਦਮਾਸ਼ ਹੋਵੇ, ਉਸ ਨੂੰ ਕਹਿੰਦੇ ਹਾਂ ਤੇਰੇ ਵਰਗਾ ਭਲਾ ਮਾਨਸ ਕੋਈ ਨਹੀਂ, ਤੇਰੇ ਵਰਗਾ ਪਰਉਪਕਾਰੀ ਕੋਈ ਨਹੀਂ। ਲੇਕਿਨ ਮਰਨ ਤੋਂ ਬਾਅਦ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਕਿਸੇ ਨੂੰ, ਜਿਸ ਤਰ੍ਹਾਂ ਦਾ ਵੀ ਹੁੰਦਾ ਲੋਕ ਕਹਿ ਦਿੰਦੇ ਨੇ। ਬਾਕੀ ਇਹ ਦੇਸ਼ ਜੋ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਕੋਰ ਅੰਧੇਰਾ ਤਨ ਮੈਂ ਤਨ ਕਾ ਭੰਡਾਰਾ, ਇਸ ਤਨ ਦੇ ਅੰਦਰ ਇੱਕ ਐਸੀ ਤਮਾ ਸਾਡੀ, ਇੱਕ ਤਮਾ ਉਹ ਹੈ ਭੁੱਖ ਲੱਗਦੀ ਹੈ ਰੋਟੀ ਸਾਡੀ ਸ਼ਾਂਤ ਹੋ ਜਾਂਦੀ ਹੈ, ਇੱਕ ਤਮਾ ਹੈ ਉਹ ਸਾਡਾ ਪੇਟ ਭਰਦਾ ਹੀ ਨਹੀਂ ਭਰਦਾ ਹੀ ਨਹੀਂ, ਚਾਹੇ ਅਰਬਾਂ ਦੇ ਮਾਲਕ ਬਣ ਜਾਈਏ ਅਸੀਂ, ਮਾਇਆ ਇਕੱਠੀ ਕਰ ਲਈਏ ਨਹੀਂ ਭਰਦਾ ਹੈ। ਕਿਤਨਾ ਚਾਹੀਦਾ ਇਨਸਾਨ ਨੂੰ ਅਗਰ ਸੁੱਖ ਲੈਣਾ ਜੋ ਮਾਲਕ ਨੇ ਸਾਨੂੰ ਦਿੱਤਾ ਹੈ, ਆਪਣੇ ਪਰਿਵਾਰਾਂ ਦੇ ਵਿੱਚ ਸਭ ਕੁਛ ਦਿੱਤਾ ਹੈ, ਉਹਦੇ ਵਿੱਚ ਅਸੀਂ ਸੁੱਖ ਬਣਾਈਏ, ਗੁਆਂਢੀ ਦੇ ਸੁੱਖ ਦਾ ਦੁੱਖ ਨਾ ਬਣਾਈਏ। ਅਸੀਂ ਗੁਆਂਢੀ ਵੱਲ ਦੇਖ ਕੇ ਦੁਖੀ ਹੋ ਰਹੇ ਹਾਂ, ਅਸੀਂ ਜੋ ਮਾਲਕ ਨੇ ਦਿੱਤਾ ਸੀ ਉਹਦਾ ਸੁੱਖ ਨਹੀਂ ਲੈ ਰਹੇ। ਸੁੱਖ ਨਹੀਂ ਮਿਲ ਸਕਦਾ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ। ਸੁੱਖ ਹੈ ਸੰਤੋਖ ਦੇ ਵਿੱਚ, ਸਿੱਧਕ ਸੰਤੋਖ ਜਿਹੜੀ ਸਾਡੇ ਅੰਦਰ ਤਾਕਤਾਂ ਬੈਠੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੱਜ ਜਿਸ ਦਰਬਾਰ ਦੇ ਵਿੱਚ ਅਸੀਂ ਬੈਠੇ ਹਾਂ ਉਹਨਾਂ ਨੇ ਇਹਨਾਂ ਨੂੰ ਕਾਬੂ ਕੀਤਾ, ਉਹਨਾਂ ਨੂੰ ਇਹ ਉਹਨਾਂ ਦਾ ਦਰਬਾਰ ਹੈ ਜਿਹਨਾਂ ਨਾਮ ਦੀ ਕਮਾਈ ਕੀਤੀ, ਸ਼ਬਦ ਦੀ ਕਮਾਈ ਕੀਤੀ, ਫਿਰ ਉਹਨਾਂ ਨੇ ਸਾਨੂੰ ਸਮਝਾਇਆ। ਇਸ ਦੇ ਵਿੱਚ ਉਹਨਾਂ ਦੇ ਅੰਦਰੋਂ ਚੀਜ਼ਾਂ ਨਿਕਲ ਚੁੱਕੀਆਂ ਸਨ ਬੰਦਗੀ ਕਰਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ,
ਇਹ ਦੁੱਖ ਦੇਣ ਵਾਲੀਆਂ ਚੀਜ਼ਾਂ ਨੇ, ਤਾਕਤਾਂ ਨੇ। ਸੁੱਖ ਦੇਣ ਵਾਲੀਆਂ ਕਿਹੜੀਆਂ ਨੇ? ਸੀਲ, ਸ਼ਿਮਾ, ਸੰਤੋਖ, ਵਿਵੇਕ, ਧੀਰਜ, ਪੰਜ ਇਹ ਨੇ, ਪੰਜ ਇਹ ਨੇ। ਜਦੋਂ ਬੰਦਾ ਇਸ ਪਾਸੇ ਚੱਲਦਾ, ਇਸ ਲਾਈਨ 'ਤੇ ਚੱਲਦਾ ਹੈ, ਹੌਲੀ 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 ਤਾਂ ਦੁਨੀਆ ਤੋਂ ਮੋਹ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹਦਾ ਇਹਨਾਂ ਚੀਜ਼ਾਂ ਤੋਂ ਮੋਹ ਘੱਟ ਜਾਂਦਾ ਹੈ, ਪੈਸੇ ਤੋਂ ਮੋਹ ਘੱਟ ਜਾਂਦਾ ਹੈ। ਕਹਿੰਦੇ ਪਰਾਂ ਲੈ ਜਾਓ, ਸਾਨੂੰ ਨਹੀਂ ਚਾਹੀਦਾ। ਬਾਬਾ ਜੀ ਦਾ ਪਿਆਰ ਅੱਜ ਇਤਿਹਾਸ ਦੇਖਦੇ ਹਾਂ, ਸੁਣਦੇ ਵੀ ਹਾਂ ਬੜੇ ਮਹਾਰਾਜ ਜੀ ਦਾ। ਹੁਣ ਇੱਕ ਇੱਕ ਮਿੰਟ ਦੀ ਕਦਰ ਕੀਤੀ ਉਹਨਾਂ ਨੇ। ਹਜ਼ੂਰ ਮਹਾਰਾਜ ਦੇ ਵਕਤ ਕਿਸੇ ਨੂੰ ਕਿਹਾ ਸੀ, ਮਹਾਰਾਜ ਜੀ 5 ਮਿੰਟ ਰੁਕ ਜਾਓ, ਕੋਈ ਆ ਰਿਹਾ ਮਿਲਣ ਵਾਲਾ। ਕਹਿੰਦੇ ਜਿਹਨੇ ਆਉਣਾ ਆਓ, ਜਿਹਨੇ ਜਾਣਾ ਜਾਓ, ਮੈਂ ਨਹੀਂ ਰੁਕਣਾ। 5 ਮਿੰਟਾਂ ਵਿੱਚ ਮੈਂ ਆਪਣੇ ਸਤਿਗੁਰ ਨੂੰ ਕਿੰਨੀ ਵਾਰ ਯਾਦ ਕਰਨਾ ਹੈ। ਆਪਣਾ ਟਾਈਮ ਦੀ ਕਦਰ ਪਾਈ ਉਹਨਾਂ ਨੇ, ਉਹਨਾਂ ਨੇ ਨਾਮ ਕਮਾਇਆ, ਬੰਦਗੀ ਕੀਤੀ ਹੈ। ਐਸੇ ਮਹਾਂਪੁਰਸ਼ ਕਿਤੇ ਬਿਰਲੇ ਬਿਰਲੇ ਹੋਣਗੇ ਸੰਸਾਰ ਦੇ ਵਿੱਚ, ਜਿਹਨਾਂ ਸੱਚ ਦੀ ਕਮਾਈ ਕੀਤੀ ਹੈ। ਬਾਕੀ ਭਗਤੀ ਤਾਂ ਸਾਰੇ ਹੀ ਕਰ ਰਹੇ ਨੇ, ਲੇਕਿਨ ਇਹ ਕਮਾਈ ਕਿਤੇ ਬਿਰਲੇ ਬਿਰਲੇ ਥਾਂ 'ਤੇ ਲੱਭਦੀ ਹੈ, ਜਿੱਥੇ ਅਸੀਂ ਅੱਜ ਬੈਠੇ ਹੋਏ ਹਾਂ। ਹਜ਼ੂਰ ਸਵਾਮੀ ਜੀ ਮਹਾਰਾਜ ਦੀ ਬਾਣੀ ਸੁਣ ਰਹੇ ਹਾਂ, ਅਸੀਂ ਪੜ੍ਹ ਰਹੇ ਹਾਂ। ਸਾਡੀ ਭਲਾਈ ਵਾਸਤੇ ਆਏ ਜਿਤਨੇ ਵੀ ਮਹਾਂਪੁਰਸ਼ ਆਏ ਨੇ ਸੰਸਾਰ ਦੇ ਵਿੱਚ, ਇਹੋ ਹੀ ਸਾਡੇ ਸਾਥੀ ਨੇ, ਸੰਗੀ ਸਾਥੀ ਕਹਿ ਲਓ, ਦੋਸਤ ਕਹਿ ਲਓ ਇਹਨਾਂ ਨੂੰ। ਬਾਕੀ ਸਾਡਾ ਕੋਈ ਦੋਸਤ ਆਪਣੇ ਹੀ ਧੋਖਾ ਦੇ ਜਾਂਦੇ ਨੇ। ਬਹੁਤ ਸੁੰਦਰ ਲਿਖਿਆ ਉਹਨਾਂ ਬਾਣੀ ਦੇ ਵਿੱਚ, ਕੋਈ ਸੁਣੋ ਹਮਾਰੀ ਬਾਤ, ਕੋਈ ਚਲੋ ਹਮਾਰੇ ਸਾਥ। ਆਓ ਮੈਂ ਤੁਹਾਨੂੰ ਬਾਤ ਸੁਣਾਉਣ ਵਾਸਤੇ ਆਇਆਂ, ਆਓ ਤੁਹਾਨੂੰ ਆਪਣੇ ਦੇਸ਼ ਲੈ ਚੱਲਾਂ। ਕਿਤਨਿਆਂ ਨੇ ਮੰਨੀ? ਜੀਸਸ ਕ੍ਰਾਈਸਟ ਜੀ ਜਿਹਨਾਂ ਦਾ ਦਿਨ ਪਿੱਛੇ ਮਨਾਇਆ ਗਿਆ, ਉਸ ਮਾਲਕ ਦਾ ਮੈਸੇਜ ਲੈ ਕੇ ਆਏ ਸੀ। ਹੁਣ ਕਿਹਾ ਵੀ ਹੈ, ਆਈ ਐਮ ਮੈਸੇਂਜਰ ਆਫ ਗੋਡ, ਮੈਂ ਮਾਲਕ ਦਸਦਿਆਂ ਲੈ ਕੇ ਆਇਆ। ਆਓ ਤੁਹਾਨੂੰ ਮਾਲਕ ਪਾਸ ਲੈ ਚੱਲਾਂ। ਕਿਹੜੀਆਂ ਸਜਾਵਾਂ ਦਿੱਤੀਆਂ ਉਹਨਾਂ ਨੂੰ, ਦੇਖ ਕੇ ਸਰੀਰ ਕੰਬਦਾ ਹੈ, ਜਿਹੜੀਆਂ ਉਹਨਾਂ ਨੂੰ ਸਜਾਵਾਂ ਦਿੱਤੀਆਂ ਗਈਆਂ। ਮਨਸੂਰ ਸਾਹਿਬ ਨੂੰ ਕਿਹੜੀਆਂ ਸਜਾਵਾਂ ਦਿੱਤੀਆਂ ਗਈਆਂ? ਸੂਲੀ 'ਤੇ ਚਾੜਿਆ ਗਿਆ ਉਹਨਾਂ ਨੂੰ। ਮੈਂ ਕਈ ਵਾਰ ਦੱਸਿਆ, ਸੂਲੀ ਔਰ ਫਾਂਸੀ ਵਿੱਚ ਬਹੁਤ ਫਰਕ ਹੈ। ਸੋਲੀ 'ਤੇ ਟੰਗਿਆ ਬੰਦਾ ਪਤਾ ਨਹੀਂ 4 ਦਿਨਾਂ ਨੂੰ ਮਰਨਾ ਕਿ 5 ਦਿਨਾਂ ਨੂੰ ਮਰਨਾ, ਫਾਂਸੀ 'ਤੇ 2-4 ਮਿੰਟ 'ਚ ਬੰਦਾ ਖਤਮ ਹੋ ਜਾਂਦਾ ਹੈ। ਇਹ ਸਜਾਵਾਂ ਰੱਬ ਦੇ ਆਸ਼ਕਾਂ ਨੂੰ ਦਿੱਤੀਆਂ ਗਈਆਂ ਮਨਸੂਰ ਸਾਹਿਬ ਨੂੰ। ਸ਼ਾਹ ਸ਼ਮਸ ਤਬਰੇਜ਼ ਜੀ ਆਏ ਉਸ ਵੇਲੇ, ਜੋ ਰਾਜ ਸੀ ਮੁਸਲਮਾਨਾਂ ਦਾ, ਫਕੀਰ ਸਨ ਸ਼ਾਹ ਸ਼ਮਸ ਤਬਰੇਜ਼ ਜੀ। ਬਾਦਸ਼ਾਹ ਨੇ ਆਪਣੇ ਦਰਬਾਰ ਵਿੱਚ ਬੁਲਾਇਆ ਕਿ ਮੈਨੂੰ ਸ਼ੇਰ ਦਾ ਤਮਾਸ਼ਾ ਦਿਖਾ, ਨਹੀਂ ਤਾਂ ਮੈਂ ਤੈਨੂੰ ਛੱਡਾਂਗਾ ਨਹੀਂ। ਬਾਦਸ਼ਾਹ ਬਹੁਤ ਦੁੱਖ ਦਿੰਦੇ ਸੀ ਪਹਿਲਾਂ। ਸ਼ਾਹ ਸ਼ਮਸ ਤਬਰੇਜ਼ ਜੀ ਨੇ ਕਿਹਾ ਜੀ ਮੈਂ ਤਮਾਸ਼ਾ ਦਿਖਾ ਦਿਆਂਗਾ, ਅਗਰ ਕੋਈ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰ ਕੌਣ? ਕਹਿੰਦਾ ਮੈਂ ਬਾਦਸ਼ਾਹ, ਮੈਂ ਜ਼ਿੰਮੇਵਾਰ ਹੈ। ਕੋਈ ਬੱਚਾ ਮਰ ਗਿਆ, ਕੋਈ ਜਵਾਨ ਮਰ ਗਿਆ, ਕੋਈ ਹੋਰ ਮਰ ਗਿਆ, ਡਰਦੇ ਮਾਰੇ ਉਹਨੇ ਦੇਹ ਪਲਟਣੀ ਸੀ ਆਪਣੀ, ਕਹਿੰਦਾ ਮੈਂ ਹੈਗਾ ਜ਼ਿੰਮੇਵਾਰ। ਸ਼ਾਹ ਸ਼ਮਸ ਤਬਰੇਜ਼ ਨੇ ਆਪਣਾ ਸ਼ੇਰ ਦੇ ਚੋਲੇ ਵਿੱਚ ਆ ਗਏ, ਦਹਾੜ ਮਾਰੀ, ਗਰਜਨਾ ਹੋਈ। 7 ਸਾਲ ਦਾ ਬੱਚਾ ਸੀ ਬਾਦਸ਼ਾਹ ਦਾ, ਮਰ ਗਿਆ। ਕਹਿੰਦਾ ਇਹਨੂੰ ਜ਼ਿੰਦਾ ਕਰ, ਕਹਿੰਦਾ ਹੁਣ ਨਹੀਂ ਹੋਏਗਾ, ਮੈਂ ਜ਼ਿੰਦਾ ਨਹੀਂ ਕਰ ਸਕਦਾ। ਮੈਂ ਬਾਦਸ਼ਾਹ ਤੈਨੂੰ ਪਹਿਲੇ ਪੁੱਛਿਆ ਸੀ ਕਿ ਅਗਰ ਕੋਈ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੈ? ਹੁਣ ਤੁਸੀਂ ਕਿਹਾ ਸੀ ਮੈਂ ਜ਼ਿੰਮੇਵਾਰ ਹਾਂ, ਹੁਣ ਤੁਸੀਂ ਜ਼ਿੰਮੇਵਾਰ ਬਣੋ ਉਹਦੇ।
ਕਹਿੰਦਾ ਤੈਨੂੰ ਕਰਨਾ ਪਏਗਾ, ਕਹਿੰਦਾ ਜੋ ਹੋਵੇ ਸੋ ਹੋਵੇ, ਹੁਣ ਜੋ ਸਜ਼ਾ ਹੋਏਗੀ ਤੇਰੀ ਮਨਜ਼ੂਰ ਹੈ, ਪਰ ਮੈਂ ਜਿੰਦਾ ਨਹੀਂ ਹੋ ਸਕਦਾ ਹੁਣ। ਇਹ ਹੁਕਮ ਦੇ ਦਿੱਤਾ ਆਪਣੇ ਅਹਿਲਕਾਰਾਂ ਨੂੰ, ਜਾ ਕੇ ਇਹਦੀ ਪੁੱਠੀ ਖਲ ਲਾ ਦਿਓ। ਮੈਂ ਸੰਤਾਂ ਮਹਾਂਪੁਰਸ਼ਾਂ ਦਾ ਇਤਿਹਾਸ ਦੱਸ ਰਿਹਾ। ਕਹਿੰਦੇ ਬਾਦਸ਼ਾਹ ਤੂੰ ਕਿਹਾ ਸੀ ਕਿ ਮੈਂ ਜ਼ਿੰਮੇਵਾਰ ਹਾਂ, ਕਹਿੰਦਾ ਹੁਣ ਵੀ ਮੈਂ ਹੀ ਕਹਿ ਰਿਹਾ ਤੇਰੀ ਪੁੱਠੀ ਖਲ ਲਾਉਣ ਵਾਸਤੇ, ਨਹੀਂ ਤਾਂ ਮੁੰਡਾ ਜਿੰਦਾ ਕਰਦੇ ਮੇਰਾ। ਕਹਿੰਦਾ ਲਾ ਦਿਓ। ਚਲੇ ਗਏ, ਲਾਉਣ ਵਾਲੇ ਲੈ ਗਏ, ਕੋਈ ਛੁਰੀ ਕਿਤੇ ਮਾਰੇ, ਕੋਈ ਕਿਤੇ ਮਾਰੇ। ਸ਼ਾਹ ਸ਼ਮਸ ਤਬਰੇਜ਼ ਨੇ ਸੋਚਿਆ ਕਿ ਅੱਜ ਵੀ ਇਹ ਖਰੜੀ ਛੱਡਣੀ, ਕੱਲ੍ਹ ਵੀ ਛੱਡਣੀ, ਮਿੱਟੀ ਹੈ। ਕਹਿੰਦੇ ਪਰਾਂ ਹਟ ਜਾਓ, ਮੈਂ ਆਪੇ ਲਾ ਦਿੰਦਾ ਤੁਹਾਨੂੰ ਇਹ ਖਲ। ਪੈਰਾਂ ਤੋਂ ਫੜ ਕੇ, ਤਲਿਆਂ ਤੋਂ ਫੜ ਕੇ, ਖਿੱਚ ਕੇ ਅੱਗੇ ਸੁੱਟ ਦਿੱਤੀ। ਆ ਲੈ ਬਾਦਸ਼ਾਹ, ਇਹ ਫਕੀਰਾਂ ਦੇ ਇਤਿਹਾਸ ਦੇਖੋ, ਜਿਹਨਾਂ ਸਾਡੇ ਵਾਸਤੇ ਭਲਾਈ ਵਾਸਤੇ ਆਏ ਸੀ, ਅਸੀਂ ਦੁਨੀਆਂ ਵਾਲੇ ਉਹਨਾਂ ਦੇ ਨਾਲ ਕੀ ਵਤੀਰਾ ਕੀਤਾ ਹੈ। ਰੱਤ ਪਾ ਕੇ ਚਾਹੁੰਦਾ ਸੀ ਸਰੀਰ ਦੇ ਵਿੱਚੋਂ, ਭੁੱਖ ਲੱਗੀ ਸੀ। ਅੱਜ ਕੁਛ ਉਹਨਾਂ ਦਾ ਨਾਂ ਲੈ ਕੇ ਕਹਿੰਦੇ ਆ, ਸ਼ਾਹ ਸ਼ਮਤ ਵਰੀ ਨੇ ਮਾਸ ਖਾਧਾ, ਮਾਸ ਨਹੀਂ ਸੀ ਖਾਧਾ ਉਹਨਾਂ ਨੇ, ਆਪਣੇ ਸਰੀਰ ਵਿੱਚੋਂ ਬੋਟੀ ਕੱਢ ਕੇ ਸੂਰਜ ਦੇ ਅੱਗੇ ਕੀਤੀ ਸੀ ਮੁਲਤਾਨ ਦੇ ਵਿੱਚ, ਕਿ ਲੈ ਇਸ ਨੂੰ ਭੁੰਨ ਦੇ। ਉਹ ਆਪਣੇ ਸਰੀਰ ਦਾ ਮਾਸ ਖਾਧਾ ਸੀ ਉਹਨਾਂ ਨੇ। ਇਹ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਸਾਡੇ ਰਸੂ, ਪਹਿਲੀ ਪਾਤਸ਼ਾਹੀ ਨੂੰ ਦੇਖ ਲਈਏ, ਚੱਕੀਆਂ ਪਿਹਾਈਆਂ, ਰਾਤ ਪਿੰਡ ਵਿੱਚ ਨਹੀਂ ਰਹਿਣ ਤਾਂ ਕੋੜੀ ਦੀ ਕੁੱਟੀਆਂ ਵਿੱਚ ਰਹੇ, ਅੱਜ ਅਸੀਂ ਮਾਫੀਆਂ ਮੰਗ ਰਹੇ ਹਾਂ, ਮੁਕਤੀਆਂ ਮੰਗ ਰਹੇ ਹਾਂ, ਦੇ ਦੇਣਗੇ ਸਾਨੂੰ ਮੁਕਤੀ। ਜਿਹੜਾ ਦਿਸਦਾ ਹੈ ਉਹਨੂੰ ਮੰਨਦੇ ਨਹੀਂ, ਜਿਹੜਾ ਨਹੀਂ ਦਿਸਦਾ ਉਹਨੂੰ ਮੰਨਦੇ ਹਾਂ, ਇੱਥੋਂ ਆ ਕੇ ਅਸੀਂ ਰਹਿ ਜਾਂਦੇ। ਜਦੋਂ ਦਿਸਦਾ ਹੈ, ਸਾਹਮਣੇ ਬੈਠਾ ਹੋਵੇ ਸਤਿਗੁਰ, ਉਦੋਂ ਨਹੀਂ ਮੰਨਦੇ। ਉਦੋਂ ਕਈ ਤਰ੍ਹਾਂ ਦੀਆਂ ਗੱਲਾਂ ਵੱਧਦੀਆਂ ਘਾਟੀਆਂ ਸਾਡੇ ਕੋਲ ਹੋ ਜਾਂਦੀਆਂ ਨੇ। ਜਾਣ ਤੋਂ ਬਾਅਦ ਅਸੀਂ ਬੜੇ ਉਹਨਾਂ ਦੇ ਤੀਰਥ ਸਥਾਨ ਬਣਾਉਂਦੇ ਹਾਂ, ਉਹਨਾਂ ਦਾ ਬੜਾ ਗੁਣਗਾਨ ਕਰਦੇ ਹਾਂ, ਲੰਗਰ ਲਾਉਂਦੇ ਹਾਂ, ਲੇਕਿਨ ਵਕਤ 'ਤੇ ਨਹੀਂ। ਵਕਤ ਬੀਤ ਗਿਆ, ਬਾਅਦ ਪਛਤਾਵਾ ਰਹਿ ਜਾਂਦਾ ਬੰਦੇ ਦੇ ਪਾਸ। ਜੋ ਗੁਰੂ ਸਾਹਿਬ ਜੀ ਇਸ ਸ਼ਬਦ ਅੰਦਰ ਸਮਝਾ ਰਹੇ ਨੇ, ਸਾਨੂੰ ਚੇਤਾਵਨੀ ਦੇ ਰਹੇ ਨੇ ਕਿ ਜਗ ਮੈਂ ਕੋਰ ਹਨੇਰਾ ਪਾਰੀ, ਤਨ ਮੈਂ ਤਮਕਾ ਭੰਡਾਰਾ। ਇਸ ਤਮਾ ਦੇ ਅੰਦਰ ਇੱਕ ਬਹੁਤ ਵੱਡਾ ਭੰਡਾਰ ਹੈ ਜਿਹੜਾ ਬੰਦੇ ਦਾ ਭਰਦਾ ਹੀ ਨਹੀਂ। ਹਾਂਜੀ, ਜਗ ਮੈਂ ਕੋਰ ਹਨੇਰਾ ਪਾਰੀ, ਤਨ ਮੈਂ ਤਮਕਾ ਭੰਡਾਰਾ, ਸੁਪਨ ਜਾਗਰਤ ਦੋਨੋਂ ਦੇਖੀ, ਪੂਲ ਪੁਲਈਆਂ ਧਰਮਾਰਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ ਕਿ ਸੁਪਨ ਅਵਸਥਾ ਵਿੱਚ ਵੀ ਅਸੀਂ ਭੁੱਲੇ ਫਿਰਦੇ ਹਾਂ, ਰਾਤ ਸੁੱਤੇ ਪਏ ਵੀ ਸਾਨੂੰ ਦੌੜ ਲੱਗੀ ਹੁੰਦੀ ਹੈ, ਸੁੱਤੇ ਮੰਜੇ 'ਤੇ ਹੁੰਦੇ ਹਾਂ, ਫਿਰਦੇ ਕਿਤੇ ਹੁੰਦੇ ਹਾਂ ਅਸੀਂ। ਅਸੀਂ ਸਾਰੇ ਹੀ ਭੂਲ ਭੁਲਾਈਆਂ ਵਿੱਚ ਪਏ ਹਾਂ, ਜਿਸ ਨੂੰ ਸੱਚ ਸਮਝ ਰਹੇ ਹਾਂ ਉਹ ਸੱਚ ਹੈ ਨਹੀਂ। ਜੋ ਦ੍ਰਿਸ਼ਟਮਾਨ ਅਸੀਂ ਦੇਖ ਰਹੇ ਹਾਂ, ਕੁੱਲ ਮਾਲਕ ਨੇ ਰਚਨਾ ਕੀਤੀ ਹੈ, ਜਿਤਨੇ ਵੀ ਜੀਵ ਪੈਦਾ ਕੀਤੇ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ ਜਾਂ ਇਨਸਾਨ ਹੈਵਾਨ, ਜਿਤਨੀਆਂ ਵੀ ਇਹ ਚਾਰ ਜੋ ਅੰਡੇ ਜੇਰੇ ਸਿਹਤ ਉਤਪਾਦ ਜਿਹੜੀਆਂ ਖਾਨਾਂ ਨੇ ਸਾਡੀਆਂ, ਕੋਈ ਵੀ ਸੁਖੀ ਨਹੀਂ, ਸਭ ਨੇ ਇੱਕ ਦਿਨ ਮਰ ਜਾਣਾ। ਜੋ ਬਣਿਆ ਉਹ ਢਹਿ ਜਾਣਾ ਇੱਕ ਦਿਨ, ਜੋ ਸੰਸਾਰ ਦੇ ਵਿੱਚ ਬਣਿਆ ਢਹਿ ਜਾਣਾ,
ਡਿਸੋਲੇਸ਼ਨ, ਗ੍ਰੇਟ ਡਿਸੋਲੇਸ਼ਨ, ਪ੍ਰਲੇ, ਮਹਾਪ੍ਰਲੇ, ਇਹ ਸੰਸਾਰ ਹੈ ਸਾਰਾ। ਜਦੋਂ ਪ੍ਰਲੇ ਆਉਂਦੀ ਹੈ, ਇਹ ਮ੍ਰਿਤ ਮੰਡਲ ਜਿਹੜਾ ਹੈ ਇਹ ਸਾਰਾ ਨਾਸ ਹੋ ਜਾਂਦਾ ਹੈ, ਜੋ ਇਤਿਹਾਸ ਦੱਸਦਾ ਹੈ। ਸਨਾਤਨ ਧਰਮ ਸਭ ਤੋਂ ਪੁਰਾਣਾ ਧਰਮ ਹੈ। ਉਸ ਧਰਮ ਦੇ ਅਨੁਸਾਰ ਜੋ ਵੀ ਉਹਨਾਂ ਲਿਖਿਆ ਹੈ ਕਿ ਇਸ ਦੁਨੀਆ ਬਣੀ ਨੂੰ ਕੋਈ 200 ਕਰੋੜ ਸਾਲ ਹੋਇਆ, ਕਦੋਂ ਤੋਂ ਸਾਡੀ ਆਤਮਾ ਇਸ ਦੇਸ਼ ਵਿੱਚ ਆਈ, ਵਾਪਸ ਨਹੀਂ ਜਾ ਸਕੀ। ਜਨਮ ਮਰਨ ਦੇ ਗੇੜ ਵਿੱਚ ਅਸੀਂ ਪਏ ਰਹੇ, ਪੋਲ ਪਲਈਆਂ 'ਚ ਪਏ ਰਹੇ ਅਸੀਂ। ਇਹ ਸਭ ਜਿਸ ਨੂੰ ਸੱਚ ਸਮਝ ਰਹੇ ਹਾਂ ਉਹ ਝੂਠ ਹੈ, ਜੀਣੇ ਨੂੰ ਸੱਚ ਸਮਝ ਰਹੇ ਹਾਂ ਉਹ ਝੂਠ ਹੈ, ਮਰਨਾ ਸੱਚ ਹੈ, ਜੀਣਾ ਝੂਠ ਹੈ। ਆਖਰ ਬੰਦੇ ਨੇ ਇੱਕ ਦਿਨ ਦੁਨੀਆ ਤੋਂ ਚਲੇ ਜਾਣਾ ਹੈ। ਕਿਸ ਵਾਸਤੇ ਇਤਨੀ ਲਾਲਸਾ, ਕਿਤਨੇ ਵਾਸਤੇ ਚੋਰੀਆਂ, ਠੱਗੀਆਂ, ਫਰੇਬਕਾਰੀਆਂ, ਹੋਰ ਕਈ ਤਰ੍ਹਾਂ ਦੇ ਪਾਪ ਕਰ ਰਹੇ ਹਾਂ ਅਸੀਂ। ਅਸੀਂ ਬੱਚਿਆਂ ਵਾਸਤੇ ਜਾਇਦਾਦਾਂ ਬਣਾ ਜਾਈਏ, ਆਹ ਕਰ ਲਈਏ। ਪਾਪਾਂ ਵਾਜੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਵੇ। ਪਾਪਾਂ ਤੋਂ ਬਗੈਰ ਮਾਇਆ ਇਕੱਠੀ ਨਹੀਂ ਹੁੰਦੀ, ਮੋਇਆ ਸਾਡਾ ਸਾਥ ਨਹੀਂ ਦਿੰਦੀ। ਕਿਉਂ ਅਸੀਂ ਇਹ ਮਾੜੇ ਕਰਮ ਕਰਨੇ ਅਸੀਂ? ਅਸੀਂ ਪੋਲ ਪਲਈਆਂ 'ਚ ਪੈ ਕੇ ਉਸ ਮਾਲਕ ਨੂੰ ਭੁੱਲ ਗਏ, ਔਰ ਝੂਠ ਨਾਲ ਪਿਆਰ ਪਾ ਲਿਆ ਸੀ। ਜ਼ਮੀਨਾਂ ਨਾਲ ਪਿਆਰ, ਧੀਆਂ ਪੁੱਤਰਾਂ ਨਾਲ ਪਿਆਰ, ਇਹਨਾਂ ਧੀਆਂ ਪੁੱਤਰਾਂ ਨਾਲ, ਬੜੇ ਬੜਿਆਂ ਨੂੰ ਰਾਏ ਪਾ ਦਿੱਤਾ, ਕਈ ਪੈਣ ਨੂੰ ਤਿਆਰ ਨੇ। ਹਿੰਦੁਸਤਾਨ ਦੇ 10 ਵੱਡੇ ਬਿਲਡਰ ਨੇ, ਇੱਕ ਬਿਲਡਰ ਦੀ ਬਹੁਤ ਚਿਰ ਪਹਿਲਾਂ ਇੱਕ ਇੰਟਰਵਿਊ ਆਈ ਸੀ, ਬੰਬੇ ਵਿੱਚ ਸੀ, ਕਿ ਮੇਰੇ ਪਾਸ ਇਤਨੀ ਜਾਇਦਾਦ ਹੈ, ਮੈਨੂੰ ਪਤਾ ਨਹੀਂ ਵਿਦੇਸ਼ਾਂ ਵਿੱਚ ਕਿਤਨਾ ਮੇਰਾ ਪੈਸਾ ਹੈ, ਕਿਤਨੀ ਜਾਇਦਾਦ ਹੈ। ਸ਼ਾਇਦ ਮੇਰੇ ਮੈਨੇਜਰਾਂ ਨੂੰ ਵੀ ਪਤਾ ਹੋਵੇਗਾ, ਮੈਨੂੰ ਪਤਾ ਨਹੀਂ। ਦੋ ਮੇਰੇ ਬੇਟੇ, ਦੋਵਾਂ ਬੇਟਿਆਂ ਨੂੰ ਮੈਂ ਅੱਧੀ ਅੱਧੀ ਦੇ ਦਿੱਤੀ, ਸਾਰੀ ਵੰਡ ਦਿੱਤੀ। ਅੱਜ ਮੈਂ ਹੋਸਪਿਟਲ ਵਿੱਚ ਬੰਬੇ ਪਿਆ ਹੋਇਆ, ਇੱਕ ਬੇਟੇ ਨੂੰ ਕਿਹਾ, ਪੁੱਤਰ ਮੇਰਾ ਪਤਾ ਤਾਂ ਲੈ ਜਾ, ਕਹਿੰਦਾ ਮੇਰੇ ਕੋਲ ਤੇਰੇ ਵਾਸਤੇ ਟਾਈਮ ਹੀ ਨਹੀਂ। ਦੂਜੇ ਨੂੰ ਫੋਨ ਕੀਤਾ ਹੈ ਕਿ ਪੁੱਤਰ ਤੂੰ ਹੀ ਆ ਜਾ, ਮੇਰਾ ਪਤਾ ਤਾਂ ਲੈ ਜਾ, ਮੈਂ ਮਰਨ ਡਿਆ। ਕਹਿੰਦਾ ਮੇਰੇ ਵੱਲੋਂ ਹੁਣੇ ਹੀ ਮਰ ਜਾ, ਤੂੰ ਮੈਨੂੰ ਦਿੱਤਾ ਕੀ ਹੈ? ਇਹ ਹੈ ਸੰਸਾਰ ਜਿਹਦੇ ਨਾਲ ਅਸੀਂ ਜ਼ਿਆਦਾ ਮੂੰਹ ਪਾਇਆ ਹੋਇਆ, ਔਰ ਭੋਲ ਭਲਈਆਂ 'ਚ ਪੈ ਕੇ ਅਸੀਂ ਮਾੜੇ ਕਰਮ ਕਰ ਰਹੇ ਹਾਂ। ਚੰਗੇ ਮਾੜੇ ਕਰਮ ਕਰ ਰਹੇ ਹਾਂ, ਕਰਮਾਂ ਸੰਦੜਾ ਖੇਤ ਹੈ। ਇਸ ਮਨੁੱਖਾ ਜਨਮ ਨੂੰ ਕਰਮਾਂ ਸੰਦੜਾ ਖੇਤ ਕਿਹਾ ਹੈ। ਜੋ ਅਸੀਂ ਬੀਜਾਂਗੇ ਉਹ ਵੱਢ ਲਾਂਗੇ। ਕਈ ਵਾਰ ਇੱਕ ਬੰਦੇ ਨੇ ਕਿਹਾ, ਸਾਨੂੰ ਪਤਾ ਨਹੀਂ ਲੱਗਦਾ ਪੁੰਨ ਕਰ ਰਹੇ ਹਾਂ ਕਿ ਪਾਪ ਕਰ ਰਹੇ ਹਾਂ। ਮੈਂ ਕਿਹਾ ਮੈਂ ਦੱਸ ਦਿੰਦਾ ਤੈਨੂੰ, ਇੱਕ ਕਾਪੀ ਰੱਖ ਲੈ ਆਪਣੇ ਘਰ ਦੇ ਵਿੱਚ, ਇੱਕ ਪੈਨ ਰੱਖ ਲੈ, ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ ਕਰੇਗਾ ਨੋਟ ਕਰ ਲਈ, ਉਹਦੇ 'ਤੇ ਬਾਅਦ 'ਚ ਪੜ੍ਹ ਲਈ, ਉਸਨੂੰ ਪਤਾ ਲੱਗ ਜਾਏਗਾ ਕਿਹੜਾ ਚੰਗਾ ਅਤੇ ਕਿਹੜਾ ਮਾੜਾ। ਲੱਗ ਜਾਂਦਾ ਹੈ ਸਾਨੂੰ ਇਹ ਵੀ ਪਤਾ ਕਿ ਚੰਗਾ ਕੀ ਹੈ, ਮਾੜਾ ਕੀ ਹੈ। ਲੇਕਿਨ ਬੇਖੌਫ ਹੋ ਕੇ ਅਸੀਂ ਕਰਮ ਕਰ ਰਹੇ ਹਾਂ। ਹਾਂਜੀ, ਸੁਪਨ ਜਾਗਰਤ ਦੋਨੋ ਦੇਖੀ, ਪੂਲ ਪੁਲਈਆ ਧਰਮਾਰ, ਜੀਵ ਜਾਨ ਪਰਦੇਸੀ, ਦੇਸ਼ ਬਿਸਰ ਗਿਆ ਨਿਰਸਾਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਜੀਵ ਅਣਜਾਣ ਪਿਆ ਪਰਦੇਸੀ, ਦੇਸ਼ ਵਿਸਰ ਗਿਆ ਨਿਜ ਸਾਰਾ।
ਜਦੋਂ ਦੇ ਇਸ ਦੇਸ਼ ਵਿੱਚ ਆਈ ਹੈ ਸਾਡੀ ਰੂਹ ਆਤਮਾ, ਅਸੀਂ ਆਪਣਾ ਦੇਸ਼ ਭੁੱਲ ਗਏ ਹਾਂ, ਦੁਖੀ ਹੈ ਸਾਡੀ ਆਤਮਾ। ਸੁਰਤ ਤੋਂ ਦੁਖੀ ਰਹੇ ਹਮ ਜਾਨੀ, ਸਵਾਮੀ ਜੀ ਮਹਾਰਾਜ ਨੇ ਬਹੁਤ ਸੁੰਦਰ ਲਿਖਿਆ ਹੈ, ਐ ਸੁਰਤ ਮੈਨੂੰ ਪਤਾ ਤੂੰ ਦੁਖੀ ਹੈ, ਪਰ ਦੁੱਖ ਦਾ ਕੋਈ ਕਾਰਨ ਵੀ ਤਾਂ ਹੁੰਦਾ ਵੀ ਕਿਉਂ ਦੁਖੀ ਹੈ, ਕਿਉਂ ਦੁਖੀ ਹੈ ਕੋਈ ਕਾਰਨ ਵੀ ਹੁੰਦਾ। ਅਗਲੀ ਤੁੱਕ ਚੁਣਾ ਜਵਾਬ ਦਿੱਤਾ ਇਸਦਾ ਕਿ ਜਾਂ ਦਿਨ ਸੇ ਤੂੰ ਸ਼ਬਦ ਵਿਸਾਰਾ, ਮਨ ਸੰਗ ਜਾਰੀ ਠਾਣੀ। ਜਦੋਂ ਦੀ ਤੂੰ ਆਪਣੇ ਮਾਲਕ ਤੋਂ ਵਿਛੜ ਗਈ ਹੈ, ਭੁੱਲ ਗਈ ਹੈ, ਉਦੋਂ ਦੀ ਤੂੰ ਮਨ ਦੇ ਦਾਇਰੇ ਵਿੱਚ ਆ ਗਈ ਔਰ ਦੁਖੀ ਹੈ। ਕਿਸੇ ਅਜੀਬ ਨੂੰ ਪੁੱਛ ਲਓ, ਆਪਾਂ ਪੁੱਛਦੇ ਹਾਂ ਕਿਸੇ ਦਾ ਹਾਲ ਚਾਲ, ਆ ਜਾਂਦੇ ਹਾਂ ਤੁਰੇ ਤੁਰੇ ਜਾਂਦੇ, ਪੁੱਛੀ ਤਾਂ ਕਹਿੰਦਾ ਮੈਂ ਠੀਕ ਹਾਂ, 10 ਮਿੰਟ ਉਹਦੇ ਕੋਲ ਬਹਿ ਜਾਈਏ, ਦੁੱਖਾਂ ਦੀਆਂ ਪੰਡਾਂ ਖੋਲ੍ਹ ਕੇ ਰੱਖ ਦਿੰਦਾ ਉਹ। ਕਿੱਥੋਂ ਅਜੀਬ ਸੁਖੀ ਹੈ, ਕਿੱਥੋਂ ਆਇਆ ਦੁੱਖ। ਜਾਂ ਦਿਨ ਸੇ ਤੁਮ ਸ਼ਬਦ ਵਿਸਾਰਾ, ਮਨ ਸੰਗ ਜਾਰੀ ਠਾਣੀ। ਸੁੱਖ ਸਾਨੂੰ ਲੈਣਾ ਨਹੀਂ ਆ ਰਿਹਾ, ਸੁੱਖ ਹੈ ਸਾਡੇ ਪਾਸ, ਸੁੱਖ ਹੈ ਤਾਂ ਵਿਚਾਰ ਦੇ ਵਿੱਚ ਹੈ। ਵਿਚਾਰ ਨਾਮ ਕਮਾਈ ਦਾ ਹੈ, ਉਹ ਸੰਤ ਮਹਾਂਪੁਰਸ਼ ਕਰਦੇ ਨੇ ਵਿਚਾਰ। ਰਾਮ ਪੜ੍ਹੋ ਮਨ ਕਰੋ ਵਿਚਾਰਾ, ਰਾਮ ਰਾਮ ਸਾਰੇ ਕਰ ਰਹੇ ਹਾਂ, ਕੋਈ ਵਾਹਿਗੁਰੂ ਕਰ ਰਿਹਾ, ਕੋਈ ਅੱਲਾਹ ਕਰ ਰਿਹਾ, ਕੋਈ ਆਪਣੇ ਆਪਣੇ ਇਸ ਨੂੰ ਮੰਨ ਰਹੇ ਸਾਰੇ, ਪਰ ਵਿਚਾਰ ਨਹੀਂ। ਵਿਚਾਰ ਨਾਮ ਕਮਾਈ ਦਾ, ਬੰਦਗੀ ਨਹੀਂ ਹੋ ਰਹੀ। ਮੱਥੇ ਬਹੁਤ ਟੇਕਦੇ ਲੰਮੇ ਪੈ ਪੈ ਕੇ, ਅਸੀਂ ਹਰ ਤੀਰਥ ਸਥਾਨ 'ਤੇ ਜਾਂਦੇ ਹਾਂ, ਜਦੋਂ ਅਸੀਂ ਅੰਦਰ ਜਾਂਦੇ ਹਾਂ ਮੱਥਾ ਟੇਕਣ ਵਾਸਤੇ, ਮੰਦਰ ਹੀ ਲਾ ਲਓ ਤੁਸੀਂ, ਇੱਕ ਮਨ ਹੋ ਕੇ ਡਰਦੇ ਹਾਂ, ਸਮਝਦੇ ਹਾਂ ਪਰਮਾਤਮਾ ਸਾਡੇ ਸਾਹਮਣੇ ਬੈਠਾ ਹੈ। ਜਦੋਂ ਗੇਟ ਤੋਂ ਬਾਹਰ ਆ ਜਾਂਦੇ ਹਾਂ, ਕਿਹਾ ਸਭ ਭੁੱਲ ਗਿਆ, ਫਿਰ ਉਹ ਹੀ ਬਗਲ ਮੈਂ ਛੁਰੀ ਮੂੰਹ ਮੈਂ ਰਾਮ ਰਾਮ, ਇਹ ਕੁਛ ਹਾਲ ਹੋ ਚੁੱਕਾ ਹੈ। ਕਿੱਥੋਂ ਸੁਖੀ ਹੋ ਸਕਦੇ ਹਾਂ ਅਸੀਂ? ਸੁੱਖ ਦੇ ਰਾਹ 'ਤੇ ਸਾਨੂੰ ਸੰਤ ਮਹਾਂਪੁਰਸ਼ ਪਾਉਂਦੇ ਨੇ, ਆਓ ਮੇਰੇ ਆਖੇ ਲੱਗੋ, ਆਓ ਤੁਹਾਨੂੰ ਮੈਂ ਇਸ ਦੇਸ਼ 'ਚੋਂ ਲੈ ਚੱਲਾਂ, ਆਪਣੇ ਦੇਸ਼ ਪਹੁੰਚਾਵਾਂ। ਜੀਜਸ ਕ੍ਰਾਈਸਟ ਜੀ ਆਏ, ਮੈਂ ਪਹਿਲੇ ਵੀ ਦੱਸਿਆ, ਸਾਨੂੰ ਲੈਣ ਵਾਸਤੇ ਆਏ ਸੀ, ਦੇਸ਼ ਪਹੁੰਚਾਉਣ ਵਾਸਤੇ। ਜਿਤਨੇ ਵੀ ਸੰਤ ਮਹਾਂਪੁਰਸ਼ ਸੰਸਾਰ 'ਤੇ ਆਉਂਦੇ ਨੇ, ਇਹ ਉਸ ਵਾਹਿਗੁਰੂ ਕਾਲ ਪੁਰਖ ਦੀਆਂ ਭੇਜੀਆਂ ਹੋਈਆਂ ਸਰਕਾਰਾਂ ਹੁੰਦੀਆਂ ਨੇ, ਅਤੇ ਜਾਓ ਜੀਵਾਂ ਨੂੰ ਚਿਤਾਓ ਜਾ ਕੇ, ਪਰ ਵਾਪਸ ਲੈ ਕੇ ਆਓ ਆਪਣੇ ਪਾਸ। ਆਪਣੇ ਆਪ ਨਹੀਂ ਆਉਂਦੇ ਉਹ, ਲੇਕਿਨ ਸਾਡੇ ਵੱਲੋਂ ਪਤਾ ਨਹੀਂ ਕੋਈ ਕਿਸ ਤਰ੍ਹਾਂ ਦਾ ਇਤਿਹਾਸ ਬਣਦਾ ਸੰਤਾਂ ਮਹਾਂਪੁਰਸ਼ਾਂ ਦਾ, ਕੀ ਰਵੱਈਆ ਰਿਹਾ ਉਹਨਾਂ ਦੇ ਨਾਲ ਸਾਡਾ, ਰਵੱਈਆ ਕੋਈ ਬਹੁਤਾ ਅੱਛਾ ਨਹੀਂ ਰਿਹਾ। ਜਗਤ ਭਗਤ ਕਾ ਬੈਰ ਹੈ, ਚਾਰੋਂ ਯੁੱਗ ਪ੍ਰਮਾਣ, ਚਾਰੋਂ ਯੁੱਗ ਪ੍ਰਮਾਣ, ਬੈਰ ਹੈ ਮੂਸ ਬਿਲਾਈ, ਬਿੱਲੀ ਔਰ ਚੂਹੇ ਦਾ ਬੈਰ, ਹਸਤੀ ਕੇਅਰ ਬੈਰ, ਸ਼ੇਰ ਔਰ ਹਾਥੀ ਦਾ ਬੈਰ, ਨਿਬਲ ਭੁਅੰਗਮ ਬੈਰ, ਸੱਪ ਨਿਓਲੇ ਦਾ ਬੈਰ, ਦੁੱਧ ਖਟਾਈ ਬੈਰ, ਦੁੱਧ ਦੋ ਮਣ ਪੱਕਾ ਹੋਵੇ ਥੋੜ੍ਹਾ ਜਿਹਾ ਖੱਟਾ ਪਾ ਦਿਓ ਸਾਰਾ ਫਟ ਜਾਂਦਾ ਹੈ, ਬਿੱਲੀ ਔਰ ਚੂਹੇ ਦਾ ਬੈਰ, ਦੱਸੋ ਚੂਹਾ ਬਿੱਲੀ ਨੂੰ ਕਹਿੰਦਾ ਕੀ ਆ, ਪਕੜ ਕੇ ਮਰੋੜ ਕੇ ਖਾ ਜਾਂਦੀ ਉਹ, ਸੱਪ ਨਿਓਲੇ ਦਾ ਬੈਰ, ਦੁੱਧ ਖੱਟੇ ਦਾ ਬੈਰ, ਜਗਤ ਭਗਤ ਕਾ ਬੈਰ ਹੈ ਚਾਰੋਂ ਯੁੱਗ ਪ੍ਰਮਾਣ। ਇਸ ਤਰ੍ਹਾਂ ਸਾਡਾ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਬੈਰ ਰਿਹਾ, ਕਿੱਥੋਂ ਅਸੀਂ ਪਾਰ ਹੋ ਜਾਵਾਂਗੇ? ਅਸੀਂ ਕੋਈ ਬਿਰਲੇ ਬਿਰਲੇ ਜੀਵ, ਜਿਹੜੇ ਗੁਰਮੁਖ ਜੀਵ ਨੇ, ਜਿਹਨਾਂ ਦਾ ਸੱਚਾ ਪਿਆਰ ਹੈ ਆਪਣੇ ਸਤਿਗੁਰ ਦੇ ਨਾਲ,
ਉਹ ਜੀ ਬਚ ਜਾਣਗੇ, ਨਹੀਂ ਤਾਂ ਸਾਰਿਆਂ ਨੂੰ ਖਾ ਲਿਆ ਇਸ ਮਾਇਆ ਨੇ, ਸਭ ਨੇ ਸਾਰਿਆਂ ਦਾ ਫਨਾ ਕਰ ਦਿੱਤਾ। ਨਾਗਣ ਕੇ ਤੋਂ ਦੂਈ ਫਨ, ਨਾਰੀ ਕੇ ਫਨ ਬੀਸ, ਜਾਂ ਕਾ ਡਸਿਆ ਨਾ ਬਚੇ ਮਰੇਗਾ ਬਿਸਵਾ ਬੀਸ। ਇਸ ਮਾਇਆ ਨੇ ਕਈ ਰੂਪ ਨੇ, ਮਾਇਆ ਦਾ ਰੂਪ, ਜ਼ਮੀਨਾਂ ਦਾ ਰੂਪ, ਇਸਤਰੀ ਦਾ ਰੂਪ, ਪੁਰਸ਼ ਦਾ ਰੂਪ, ਧੀਆਂ ਪੁੱਤਰਾਂ ਦੇ ਰੂਪ ਵਿੱਚ ਖਾਧਾ ਗਿਆ ਬੰਦਾ, ਖਤਮ ਹੋ ਗਿਆ, ਜ਼ਿੰਦਗੀ ਖਤਮ ਹੋ ਗਈ ਬੰਦੇ ਦੀ। ਖੁਸ਼ ਕਰਨ ਵਾਸਤੇ ਲੱਗਾ ਰਿਹਾ ਲੇਕਿਨ ਇਹ ਖੁਸ਼ ਨਹੀਂ ਹੋਏ, ਪਰਮਾਤਮਾ ਨੂੰ ਵੀ ਨਾਰਾਜ਼ ਕਰ ਲਿਆ। ਦੀਨ ਗਵਾਇਆ ਦੁਨੀ ਸੌ ਦੁਨੀ ਨਾ ਚੱਲੀ ਸਾਥ, ਪਾਉਂ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਆਪਣੇ ਪੈਰ ਆਪਣੇ ਕੁਹਾੜੇ ਨਾਲ ਆਪੇ ਵੱਢ ਲਏ, ਦੋਸ਼ ਕਿਹਨੂੰ ਦਈਏ ਸੀ। ਵਖਤ ਵਖਤ 'ਤੇ ਸੰਤ ਮਹਾਂਪੁਰਸ਼ ਆਉਂਦੇ ਰਹੇ, ਸਮਝਾਉਂਦੇ ਰਹੇ, ਸਮਝਾ ਕੇ ਚਲੇ ਗਏ। ਗੁਰੂ ਸਾਹਿਬ ਜੀ ਫਿਰ ਮਾਰੇ ਨੇ ਜੋ ਬਾਣੀਆਂ ਦੁਆਰਾ ਸਮਝਾ ਰਹੇ ਨੇ, ਠੀਕ ਸਮਝਾ ਰਹੇ, ਸਾਡੇ ਵਾਸਤੇ ਬਣਾ ਗਏ ਬਾਣੀਆਂ। ਇਹ ਨਹੀਂ ਵੀ ਤੁਸੀਂ ਪੜ੍ਹੀ ਜਾਇਓ ਪੜ੍ਹੀ ਜਾਇਓ, ਪੜ੍ਹਨਾ ਹੈ, ਵਿਚਾਰ ਕਰਨੀ ਹੈ ਕਿ ਸਾਨੂੰ ਕੀ ਸਮਝਾ ਰਹੇ ਨੇ। ਹਾਂਜੀ, ਫਿਰੇ ਭਟਕਦਾ ਖਾਨ ਖਾਨ ਜੂਨ ਜੂਨ ਵਿੱਚ ਚਮਾਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾਰੇ ਨੇ ਕਿ ਫਿਰੇ ਭਟਕਦਾ ਖਾਨ ਖਾਨ ਮੈਂ ਜਿਉਣ ਜਿਉਣ ਵਿੱਚ ਚੱਖ ਮਾਰਾ। ਅਤੇ ਸੰਤਾਂ ਮਹਾਂਪੁਰਸ਼ਾਂ ਨੇ ਜਿਹਨਾਂ ਨੇ ਦੇਖਿਆ ਸਭ ਕੁਛ, ਉਹਨਾਂ ਬਾਣੀਆਂ ਬਣਾਈਆਂ ਦੇਖ ਕੇ ਲਿਖੀਆਂ ਨੇ ਕਿ ਇੱਕ ਨਾਮ ਤੋਂ ਬਗੈਰ ਜਨਮ ਮਰਨ ਦੇ ਗੇੜ ਵਿੱਚ ਪੈ ਜਾਏਗਾ, ਮਰੇਗਾ, ਜੰਮੇਗਾ, ਪੈਦਾ ਹੋਏਗਾ। ਮੈਂ ਕਈ ਵਾਰ ਸ਼੍ਰੀ ਸੁਖਦੇਵ ਦੀ ਗੱਲ ਦੱਸੀ ਹੈ, ਪਾਰਪਤੀ ਸ਼ਿਵਜੀ ਮਹਾਰਾਜ ਨੂੰ ਕਹਿੰਦੀ ਕਿ ਮਹਾਰਾਜ ਤੁਸੀਂ ਤਾਂ ਸਦਾ ਜਵਾਨ ਹੋ, ਮੈਨੂੰ ਵੀ ਕੋਈ ਅਮਰ ਕਥਾ ਸੁਣਾਓ ਤਾਂ ਮੈਂ ਵੀ ਸਦਾ ਜਵਾਨ ਰਵਾਂ। ਸ਼ਿਵਜੀ ਮਹਾਰਾਜ ਜੀ ਉਹਨੂੰ ਜੰਗਲ ਵਿੱਚ ਲੈ ਗਏ, ਨਾ ਤੈਨੂੰ ਜਾ ਕੇ ਸੁਣਾਉਣਾ ਅਮਰ ਕਥਾ। ਇੱਕ ਰੁੱਖ ਦੇ ਥੱਲੇ ਬੈਠ ਗਏ, ਪਾਰਪਤੀ ਨੂੰ ਅਮਰ ਕਥਾ ਸੁਣਾ ਰਹੇ ਨੇ ਸ਼ਿਵਜੀ ਮਹਾਰਾਜ ਜੀ। ਪਾਰਪਤੀ ਸੌਂ ਗਈ ਹੈ, ਪਹਿਲਾਂ ਹੰਗੂਰਾ ਦਿੰਦੀ ਸੀ। ਉਸ ਰੁੱਖ ਦੇ ਵਿੱਚ ਇੱਕ ਖੋੜ ਸੀ, ਖੋੜ ਵਿੱਚ ਇੱਕ ਤੋਤਾ ਸੀ, ਤੋਤਾ ਅਮਰ ਕਥਾ ਸੁਣਦਾ ਰਿਹਾ, ਉਹ ਹੰਗੂਰਾ ਦਿੰਦਾ ਰਿਹਾ। ਸ਼ਿਵਜੀ ਮਹਾਰਾਜ ਨੇ ਜਦੋਂ ਦੇਖਿਆ ਵੀ ਇਹ ਤਾਂ ਸੁੱਤੀ ਪਈ ਹੈ, ਤਾਂ ਹੰਗੂਰਾ ਕੌਣ ਦੇ ਰਿਹਾ ਹੈ, ਜੋ ਇਤਿਹਾਸ ਹੈ ਮੈਂ ਉਹ ਦੱਸ ਰਿਹਾ। ਸ਼ਿਵਜੀ ਮਹਾਰਾਜ ਨੇ ਸੋਚਿਆ ਹੈ ਦੇ ਇਹ ਤਾਂ ਤੋਤਾ ਹੈ, ਉਹਦੇ ਮਗਰ ਲੱਗ ਗਿਆ ਮਾਰਨ ਵਾਸਤੇ ਕਿ ਮੇਰੀ ਅਮਰ ਕਥਾ ਸੁਣ ਗਿਆ। ਜਿੱਥੇ ਵੀ ਇਹ ਜਾਏਗਾ ਮੈਂ ਇਸ ਨੂੰ ਮਾਰ ਦੇਣਾ ਹੈ। ਉਸ ਵੇਲੇ ਵੇਦ ਵਿਆਸ ਰਿਸ਼ੀ ਦੀ ਔਰਤ ਕੋਠੇ 'ਤੇ ਬਾਲ ਸੁਕਾ ਰਹੇ ਸੀ, ਉਹਦੀ ਆਤਮਾ ਉਹਦੇ ਗਰਭ ਵਿੱਚ ਸਮਾ ਗਈ। 12 ਸਾਲ ਬਾਹਰ ਬੈਠਾ ਰਿਹਾ ਵੀ ਜਦੋਂ ਵੀ ਇਹ ਜਨਮ ਬੱਚਾ ਪੈਦਾ ਹੋਏਗਾ ਮੈਂ ਇਸ ਨੂੰ ਰਹਿਣ ਨਹੀਂ ਦੇਣਾ, ਮਾਰ ਦੇਣਾ ਇਸ ਨੂੰ, ਕਿਉਂਕਿ ਮੇਰੀ ਅਮਰ ਕਥਾ ਸੁਣ ਗਿਆ ਹੈ। ਨਾਰਦ ਜੀ ਆਏ, ਪੁੱਛਿਆ ਬਾਬਾ ਜੀ ਇੱਥੇ ਕਿਉਂ ਬੈਠੇ ਤੁਸੀਂ? ਕਹਿੰਦੇ ਤੋਤਾ ਅਮਰ ਕਥਾ ਮੇਰੀ ਸੁਣ ਗਿਆ ਹੈ, ਔਰ ਵੇਦ ਵਿਆਸ ਔਰਤ ਦੇ ਗਰਭ ਵਿੱਚ ਹੈ, ਬਾਹਰ ਜਦੋਂ ਵੀ ਆਏਗਾ ਮੈਂ ਮਾਰ ਦੇਣਾ। ਕਹਿੰਦੇ ਤੁਹਾਡੀ ਅਮਰ ਕਥਾ ਵਿੱਚ ਤਾਕਤ ਕੀ ਹੈ? ਮੇਰੀ ਅਮਰ ਕਥਾ ਜਿਹੜਾ ਸੁਣ ਲੈਂਦਾ ਉਹ ਅਮਰ ਹੋ ਜਾਂਦਾ ਹੈ। ਕਹਿੰਦੇ ਫਿਰ ਜਦੋਂ ਅਮਰ ਹੋ ਜਾਂਦਾ ਫਿਰ ਮਾਰ ਵੀ ਕਿਸ ਤਰ੍ਹਾਂ ਸਕਦੇ ਹੋ ਤੁਸੀਂ ਉਹਨੂੰ, ਉਹ ਤਾਂ ਅਮਰ ਹੋ ਗਿਆ। ਆਖਰ ਸ਼ਿਵਜੀ ਮਹਾਰਾਜ ਜੀ ਚਲੇ ਗਏ।
ਵੇਦ ਵਿਆਸ ਰਿਸ਼ੀ ਨੇ ਸ਼੍ਰੀ ਸੁਖਦੇਵ ਨੂੰ ਕਿਹਾ, ਬੇਟਾ 12 ਸਾਲ ਹੋ ਗਏ ਤੇਰੀ ਮਾਂ ਨੂੰ ਤੰਗ ਆ, ਆ ਜਾ ਤੂੰ ਬਾਹਰ। ਕਹਿੰਦਾ, ਪਿਤਾ ਜੀ ਮੈਂ ਬਾਹਰ ਨਹੀਂ ਆਉਣਾ, ਪਹਿਲਾਂ ਇਹ ਦੁਨੀਆਂ ਦੀ ਮਾਇਆ ਨੂੰ ਚੁੱਕੋ ਤਾਂ ਕਿ ਦੁਨੀਆਂ ਦੀ ਮੋਹ ਮਾਇਆ ਮੇਰੇ 'ਤੇ ਅਸਰ ਨਾ ਕਰੇ। ਇਸ ਮੋਹ ਮਾਇਆ ਨੂੰ ਚੁੱਕ ਦਿਓ ਤੁਸੀਂ, ਫਿਰ ਮੈਂ ਜਨਮ ਲਵਾਂਗਾ। ਉਸ ਵੇਲੇ ਇੱਕ ਪਲ ਵਾਸਤੇ ਮਾਇਆ ਚੁੱਕੀ ਗਈ, ਜੋ ਇਤਿਹਾਸ ਦੱਸਦਾ ਹੈ, ਗੁਰਬਾਣੀ ਵਿੱਚ ਵੀ ਲਿਖਿਆ ਹੈ, ਇੱਕ ਪਲ ਵਾਸਤੇ ਮਾਇਆ ਚੁੱਕੀ। ਉਸਦਾ ਸ਼੍ਰੀ ਸੁਖਦੇਵ ਦਾ ਜਨਮ ਹੋਇਆ, ਉਹਦੇ ਨਾਲ 9 ਨਾਦ 52 ਵੀਰ 64 ਕੁਲ ਜੋਗਣਾ, 9 ਨਾਦ 52 ਵੀਰ 64 ਕੁਲ ਜੋਗਣਾ, 6 ਜਤੀ ਜਿਹੜੇ ਵੱਡੇ ਜਤੀ ਹੋਏ ਨੇ, 6 ਜਤੀ ਇਹ ਪੈਦਾ ਹੋਏ। ਸੁਖਦੇਵ ਆਚਾਰੀਆ ਦੁੱਖ ਕੇ ਡਰ ਸੇ ਗਰਭ ਸੇ ਮਾਇਆ ਤਿਆਗੀ ਹੋ, ਗਰਭ ਤੋਂ ਮਾਇਆ ਤਿਆਗਣ ਕੀਤਾ। 12 ਸਾਲ ਦਾ ਪੈਦਾ ਹੋਇਆ, ਜੰਮਦਾ ਹੀ ਜੰਗਲਾਂ ਨੂੰ ਤੁਰ ਪਿਆ, ਜੰਗਲਾਂ ਨੂੰ ਤੁਰ ਪਿਆ। ਵੇਦ ਵਿਆਸ ਨੇ ਕਿਹਾ, ਪੁੱਤਰ ਤੇਰੇ ਵਾਸਤੇ ਕਿੰਨੀਆਂ ਅਸੀਂ ਮਿੰਨਤਾਂ ਮੰਗੀਆਂ ਸੀ ਵੀ ਸਾਡਾ ਬੇਟਾ ਹੋਏਗਾ, ਸਾਡੇ ਕੋਲ ਰਹੇਗਾ, ਸਾਡੀ ਕੋਈ ਦੇਖਭਾਲ ਰੱਖੇਗਾ। ਕਹਿੰਦਾ, ਪਿਤਾ ਜੀ ਮੈਨੂੰ ਨਾ ਦੁਨੀਆਂ ਵਿੱਚ ਵਸਾਓ, ਮੈਂ ਨਹੀਂ ਰਹਿਣਾ, ਮੈਂ ਤਪੱਸਿਆ ਕਰਨੀ ਹੈ। ਕਿਉਂਕਿ ਅੰਦਰ ਗਿਆਨ ਵੀ ਹੋ ਚੁੱਕਾ ਸੀ ਜਿਹੜਾ ਉਹਨਾਂ ਨੇ ਅੰਮ੍ਰਿਤ ਕਥਾ ਸੁਣੀ ਸੀ। ਆਖਰ ਪਿਤਾ ਨੇ ਬੜਾ ਜ਼ੋਰ ਪਾਇਆ ਕਿ ਤੂੰ ਇੱਕੋ ਇੱਕ ਬੇਟਾ ਮੇਰਾ, ਨਾ ਜਾ ਤੂੰ ਜੰਗਲਾਂ। ਕਹਿੰਦਾ, ਪਿਤਾ ਜੀ ਪਹਿਲੇ ਉਸ ਅੰਦਰ ਰਹਿਣ ਦੇ ਨਾਲ ਮੈਨੂੰ ਉਸ ਜੋ ਅੰਮ੍ਰਿਤ ਕਥਾ ਸੁਣੀ ਸੀ, 105 ਜਨਮ ਦੀ ਮੈਨੂੰ ਖਬਰ ਹੈ, 5 ਜਨਮ ਦਾ ਤੁਹਾਨੂੰ ਮੈਂ ਹਾਲ ਦੱਸ ਦਿੰਦਾ, ਬਾਕੀ 100 ਜਨਮਾਂ ਦਾ ਤੁਸੀਂ ਹਿਸਾਬ ਲਾ ਲਿਓ, ਫਿਰ ਮੈਨੂੰ ਕਿਹੋ, ਦੱਸ ਦਿਓ ਕਿ ਮੈਂ ਰਹਿਵਾਂ ਕਿ ਜਾਵਾਂ। ਕਹਿੰਦੇ, ਪਿਤਾ ਜੀ ਪਹਿਲਾ ਜਨਮ ਮੇਰਾ ਗਧੇ ਦਾ ਆ ਗਿਆ, ਗਧਾ ਧੋਬੀਆਂ ਨੇ ਖਰੀਦ ਲਿਆ, ਮੇਰੇ ਮਾਲਕ ਨੇ ਮੇਰੇ 'ਤੇ ਕੱਪੜੇ ਰੱਖਣੇ, ਲੈ ਜਾਣਾ ਘਾਟ 'ਤੇ ਧੋ ਕੇ ਲਿਆਉਣੇ, ਫਿਰ ਮੈਂ ਲੱਦ ਕੇ ਮੇਰੇ 'ਤੇ ਘਰ ਲੈ ਆਉਣਾ। ਇਹ ਸਿਲਸਿਲਾ ਚੱਲਦਾ ਰਿਹਾ, ਨਾ ਮੈਨੂੰ ਕੋਈ ਉਸਨੇ ਘਾਹ ਪਾਉਣਾ, ਨਾ ਕੋਈ ਉਸਨੇ ਖਾਣ ਨੂੰ ਦੇਣਾ, ਡੰਡੇ ਮਾਰਨੇ ਮੈਨੂੰ ਬਾਹਰ ਕੱਢ ਦੇਣਾ, ਮੈਂ ਰੂੜੀਆਂ ਤੋਂ ਮੈਲਾ ਮੂਲਾ ਚੁੱਕ ਕੇ ਆਪਣਾ ਗੁਜ਼ਾਰਾ ਕਰ ਲੈਂਦਾ ਸੀ। ਇੱਕ ਦਿਨ ਪਿਤਾ ਜੀ ਐਸਾ ਹੋਇਆ, ਮੇਰੇ ਮਾਲਕ ਮੈਨੂੰ ਲੈ ਗਏ ਕੱਪੜੇ ਲੱਦ ਕੇ, ਬਾਰਿਸ਼ ਪਈ ਸੀ, ਜਿੱਲਣ ਵਿੱਚ ਜਾ ਕੇ ਮੇਰਾ ਪੈਰ ਖੁੱਭ ਗਿਆ, ਮੇਰੀ ਲੱਤ ਫਸ ਗਈ, ਮੇਰੇ ਮਾਲਕ ਨੇ ਇੰਨਾ ਮੈਨੂੰ ਮਾਰਿਆ, ਇੰਨਾ ਮਾਰਿਆ, ਇਸ ਕਰਕੇ ਮਾਰਦਾ ਹੀ ਨਿਕਲ ਜਾਵੇ, ਮੇਰੀ ਲੱਤ ਹੀ ਟੁੱਟ ਗਈ, ਬੇਕਾਰ ਸਮਝ ਕੇ ਮੈਨੂੰ ਛੱਡ ਕੇ ਚਲਾ ਗਿਆ। ਜਿਹੜਾ ਕੋਈ ਆਵੇ ਰਾਹੀ ਮੇਰੇ 'ਤੇ ਪੈਰ ਰੱਖੇ, ਦੂਜੇ ਪਾਸੇ ਲੰਘ ਜਾਵੇ, ਇੱਕ ਪੇਟ ਦਾ ਭੁੱਖ, ਇੱਕ ਸਰੀਰ ਦਾ ਦੁੱਖ। ਮੈਂ ਮਾਲਕ ਅੱਗੇ ਫਰਿਆਦ ਕੀਤੀ, ਮੇਰਾ ਉਹ ਜਨਮ ਛੁੱਟਿਆ ਜੋ ਗੁਰੂ ਸਾਹਿਬ ਜੀ ਦੱਸ ਰਹੇ ਕਿ ਜੋਣ ਜੋਣ ਵਿੱਚ ਚੱਕ ਮਾਰਾ, ਕਿੰਨਾ ਦੁੱਖ ਹੈ ਨਾ ਜੂਨਾਂ ਦੇ ਵਿੱਚ। ਦੂਜਾ ਜਨਮ ਮੇਰਾ ਕੁੱਤੇ ਦਾ ਆ ਗਿਆ, ਮੈਂ ਰਾਤ ਵਿੱਚ ਲੇਟਿਆ ਸੀ, ਸਹਿਜ ਸੁਭਾਅ, ਮੈਂ ਬਿਲਕੁਲ ਆਪਣੇ ਜੋ ਮੇਰਾ ਸੁਭਾਅ ਸੀ, ਮੈਂ ਬਿਲਕੁਲ ਸੁੱਤਾ ਹੋਇਆ ਸੀ, ਕੋਈ ਰਾਹੀ ਨੰਗਿਆ ਮੇਰੇ ਸਿਰ 'ਚ ਲਾਠੀ ਮਾਰ ਗਿਆ। ਪਿਤਾ ਜੀ ਮੇਰਾ ਸਿਰ ਫਟ ਗਿਆ, ਕੀੜੇ ਪੈ ਗਏ ਮੇਰੇ ਸਿਰ ਦੇ ਵਿੱਚ, ਜਿਸ ਘਰ ਮੈਂ ਜਾਵਾਂ ਡੰਡਾ ਲੈ ਕੇ ਦੁਆਲੇ ਹੋ ਜਾਣ, ਰੋਟੀ ਪਾਉਣਾ ਤਾਂ ਬੜੀ ਦੂਰ ਦੀ ਗੱਲ ਹੈ, ਕੋਈ ਨਾ ਕੋਈ ਡੰਡਾ ਹੀ ਮਾਰ ਦਿੰਦਾ ਸੀ ਮੈਨੂੰ। ਪੇਟ ਦੀ ਭੁੱਖ, ਸਰੀਰ ਦਾ ਦੁੱਖ, ਪਿਤਾ ਜੀ ਬਹੁਤ ਦੁੱਖ ਪਾਇਆ ਮੈਂ। ਮਾਲਕ ਅੱਗੇ ਫਰਿਆਦ ਕੀਤੀ,
ਉਹ ਮੇਰਾ ਜਨਮ ਛੁੱਟਿਆ। ਤੀਸਰਾ ਜਨਮ ਮੇਰਾ ਬਿੱਲੀ ਦਾ ਆ ਗਿਆ। ਬਾਹਰ ਦਾ ਬਿੱਲਾ ਆਵੇ, ਮੇਰਾ ਗਲ ਘੁੱਟ ਕੇ ਚਲਾ ਜਾਵੇ, ਕਈ ਦਿਨ ਮੈਨੂੰ ਹੋਸ਼ ਨਹੀਂ ਸੀ ਆਉਂਦੀ, ਉਹ ਵੀ ਜਨਮ ਮੇਰਾ ਬੜਾ ਦੁੱਖਾਂ ਦਾ ਨੰਗਿਆ। ਪਿਤਾ ਜੀ ਮੈਨੂੰ ਜਾਣ ਦਿਓ, ਬੰਦਗੀ ਕਰਨ ਦਿਓ ਮੈਨੂੰ ਜੰਗਲ ਵਿੱਚ ਜਾ ਕੇ। ਚੌਥਾ ਜਨਮ ਮੇਰਾ ਘੋੜੀ ਦਾ ਆ ਗਿਆ। ਘੋੜੀ ਮਰਾਸੀਆਂ ਨੇ ਖਰੀਦ ਲਈ, ਉਹ ਮੀਰਜ਼ਾਦੇ ਸੀ, ਉਹਨਾਂ ਮੈਨੂੰ ਪਾਉਂਦੇ ਪਾਉਂਦੇ ਕੁਛ ਨਹੀਂ, ਜਿਹੜਾ ਆਉਂਦਾ ਸੀ ਉਹ ਲਗਾਮ ਦਿੰਦਾ ਸੀ, ਮੈਨੂੰ ਦੜਾਈ ਫਿਰਦਾ ਸੀ। ਮੇਰੀ ਬਹੁਤ ਮੰਦਾ ਹਾਲ ਸੀ, ਮੇਰਾ ਦੁੱਖਾਂ ਦਾ ਟਾਈਮ ਬੀਤਿਆ ਮੇਰੇ ਦਾ, ਔਰ ਉਹ ਵੀ ਮੈਂ ਮਾਲਕ ਅੱਗੇ ਫਰਿਆਦ ਕੀਤੀ, ਮੇਰਾ ਉਹ ਜਨਮ ਛੁੱਟਿਆ ਪਿਤਾ ਜੀ। ਪੰਜਵਾਂ ਜਨਮ ਮੇਰਾ ਇੱਕ ਛੋਟਾ ਜਿਹਾ ਕੀੜਾ ਹੁੰਦਾ ਹੈ, ਜਾਨਵਰ ਹੁੰਦਾ, ਪਿੱਸੂ ਬੋਲਦੇ ਉਸਨੂੰ, ਉਹ ਆਮ ਤੌਰ 'ਤੇ ਕੱਪੜਿਆਂ ਵਿੱਚ ਵੜ ਜਾਂਦਾ ਔਰ ਦੱਦੀ ਵੜ ਦਿੰਦਾ ਆਪਣੇ ਸੁਭਾਅ ਦੇ ਨਾਲ। ਕਹਿੰਦੇ ਪਿਤਾ ਜੀ ਉਹ ਮੇਰਾ ਜਨਮ ਆ ਗਿਆ। ਇੱਕ ਔਰਤ ਆਪਣੇ ਪਤੀ ਨੂੰ ਰੋਟੀ ਲੈ ਕੇ ਜਾ ਰਹੀ ਸੀ, ਮੈਂ ਉਹਦੇ ਕੱਪੜਿਆਂ 'ਚ ਵੜ ਗਿਆ। ਮੈਂ ਸਹਿਜ ਸੁਭਾਅ ਦੇ ਨਾਲ, ਜੋ ਮੇਰਾ ਸੁਭਾਅ ਸੀ, ਮੈਂ ਉਹਨੂੰ ਦੰਦੀ ਵੜ ਦਿੱਤੀ। ਉਹਨੇ ਮੈਨੂੰ ਦੋਵਾਂ ਪੋਟਿਆਂ ਦੇ ਵਿੱਚ ਫੜ ਲਿਆ, ਮਲੀ ਜਾਂਦੀ ਹੈ, ਨਾ ਮੈਨੂੰ ਮਾਰਦੀ ਹੈ ਨਾ ਮੈਨੂੰ ਛੱਡਦੀ ਹੈ। ਪਿਤਾ ਜੀ ਮੇਰੀ ਜਾਨ ਕਰਬਲੇ ਆ ਗਈ ਕਿ ਮੈਨੂੰ ਮਾਰ ਹੀ ਦੇਵੇ। ਅੱਗ ਵਰਗੀ ਬਰੇਤੀ ਆਈ, ਉਹਦੇ ਵਿੱਚ ਪਿਤਾ ਜੀ ਉਹਨੇ ਮੈਨੂੰ ਸੁੱਟ ਦਿੱਤਾ, ਮੈਂ ਧਾਨਾਂ ਦੀ ਤਰ੍ਹਾਂ ਪੁੱਜ ਗਿਆ। ਹੁਣ ਤੁਸੀਂ ਦੱਸੋ ਮੈਂ ਬੰਦਗੀ ਨੂੰ ਜਾਵਾਂ ਕਿ ਨਾ ਜਾਵਾਂ। ਬਾਕੀ 100 ਜਨਮ ਦਾ ਤੁਸੀਂ ਹਿਸਾਬ ਲਾ ਲਿਓ, ਮੇਰੀ ਜ਼ਿੰਦਗੀ ਕਿਸ ਤਰ੍ਹਾਂ ਬੀਤੀ। ਜੋ ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਫਿਰੇ ਫਟਕਤਾ ਖਾਨ ਖਾਨ ਮੈਂ ਜੋਣ ਜੋਣ ਵਿੱਚ ਚੱਖ ਮਾਰਾ। ਸਾਰੀ ਸਰਵ ਸ੍ਰੇਸ਼ਟ ਜੂਣ ਹੈ ਇਨਸਾਨ ਦੀ, ਨਰ ਨਾਰਾਇਣੀ ਦੇਹੀ ਵੀ ਇਸਨੂੰ ਕਿਹਾ, ਟੌਪ ਆਫ ਦੀ ਕ੍ਰੀਏਸ਼ਨ ਵੀ ਕਿਹਾ ਇਸਨੂੰ। ਕਿੰਨੇ ਦੁਖੀ ਅਸੀਂ, ਉੱਪਰ ਹੈ ਅਸੀਂ। ਸਰਵ ਸ੍ਰੇਸ਼ਟ ਜੂਣ ਜੇ ਜਿਤਨੇ ਵੀ ਜੀਵ ਪੈਦਾ ਕੀਤੇ ਆ ਮਾਲਕ ਨੇ, ਜੇ ਹੈ ਤਾਂ ਇਨਸਾਨ ਦੀ ਹੈ। ਜੇ ਅਸੀਂ ਦੁਖੀ ਹਾਂ ਤਾਂ ਸਾਡੇ ਥੱਲੇ ਰਹਿਣ ਵਾਲੇ ਜੀਵ ਕਿਤਨੇ ਕੁ ਸੁਖੀ ਹੋ ਸਕਦੇ ਨੇ। ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਫਿਰ ਭਟਕਤਾ ਖਾਨ ਖਾਨ ਮੈਂ, ਇੱਕ ਨਾਮ ਤੋਂ ਬਗੈਰ, ਬੰਦਗੀ ਤੋਂ ਬਗੈਰ। ਮੈਂ ਕਈ ਵਾਰ ਦੱਸੀ ਗੱਲ, ਠੀਕ ਹੈ, ਚਾਹੇ ਕੋਈ ਬੜਾ ਸ਼ਾਹੂਕਾਰ ਹੋਵੇਗਾ, ਕੋਈ ਬੜਾ ਅਫੀਸਰ ਹੋਏਗਾ, ਸਾਰੇ ਉਸਨੂੰ ਸਲਾਮਾ ਕਰਦੇ ਨੇ ਜਾਂ ਉਸਦੀ ਸਿਫਤ ਹੁੰਦੀ ਹੈ, ਵਡਿਆਈ ਦਿੰਦੇ ਆ ਉਸਨੂੰ, ਇੱਕ ਨਾਮ ਤੋਂ ਬਗੈਰ। ਜਮ ਦੋ ਤੋਂ ਸਦਰ ਬਾਹਰ ਵਿੱਚ ਸਾਡੀ ਪੱਤ ਰੋਲ ਦੇਗਾ, ਇੱਥੇ ਦੁਨੀਆ ਸਾਨੂੰ ਸਲਾਮਾ ਕਰਦੀ ਹੈ, ਬੰਦਗੀ ਤੋਂ ਬਗੈਰ ਪੱਤ ਰੋਲ ਦੇਗਾ ਸਾਡੀ। ਜੋ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਫਿਰੇ ਭਟਕਤਾ ਖਾਨ ਖਾਨ ਮੈਂ ਜੋਨ ਜੋਨ ਵਿੱਚ ਚੱਖ ਮਾਰਾ। ਹਰ ਜੋਨ 'ਚ ਦੇਖ ਲਓ ਕਿਸ ਤਰ੍ਹਾਂ ਚੱਖਾ ਮਾਰੇ ਜੀ। ਸਰਦੀ ਦਾ ਮੌਸਮ ਹੈ, ਸਾਡੇ ਪਾਸ ਗਰਮ ਕੱਪੜੇ ਹੈ, ਰੁੱਖਾਂ 'ਤੇ ਪੰਛੀ ਟੰਗੇ ਹੈ, ਜੰਗਲਾਂ ਵਿੱਚ ਜਾ ਕੇ ਦੇਖੀਏ ਬਰਫ਼ ਪੈ ਰਹੀ ਹੈ, ਕੋਹਰਾ ਪੈ ਰਿਹਾ ਹੈ, ਕੀ ਹੈ, ਪੇਟ ਦੀ ਭੁੱਖ ਹੈ, ਸਰੀਰ ਦਾ ਦੁੱਖ ਹੈ, ਚੁਰਾਸੀ ਸਾਡੇ ਸਾਹਮਣੇ ਹੈ ਪਰ ਨਜ਼ਰ ਨਹੀਂ ਆ ਰਹੀ ਸਾਨੂੰ। ਸਾਡੇ ਪਾਸ ਸਰਦੀ ਆਈ ਨਹੀਂ, ਪਹਿਲੇ ਕੱਪੜੇ ਬਣਾ ਕੇ ਰੱਖੇ ਸੀ ਅਸੀਂ, ਪੇਟ ਦੀ ਭੁੱਖ ਹੈ, ਖਾਣਾ ਪੂਰਾ ਨਹੀਂ ਹੋ ਰਿਹਾ ਉਹਨਾਂ ਦਾ। ਜਦੋਂ ਕੋਹਰਾ ਪੈਂਦਾ ਹੈ ਕਈ ਜੀਵ ਉੱਪਰ ਹੀ ਰੁੱਖਾਂ ਦੇ ਉੱਤੇ ਮਰ ਜਾਂਦੇ ਆ। ਇਹ ਜੂਣ ਜੂਣ ਚੱਖ ਮਾਰਾ, ਕਿਸੇ ਵੀ ਜੂਣ ਵਿੱਚ ਚਲੇ ਜਾਈਏ ਅਸੀਂ ਦੁਖੀ ਹੈ ਜੀ। ਜੀਵ ਜੀਵ ਨੂੰ ਮਾਰ ਕੇ ਖਾ ਰਿਹਾ,
ਸੁੱਖ ਹੈ ਕਿੱਥੇ ਹੈ? ਸੁੱਖ ਹੈ ਨਾਮ ਦੇ ਵਿੱਚ, ਉਹ ਕਿਤੇ ਵੀ ਸੁੱਖ ਨਹੀਂ। ਜਿੱਥੇ ਸੁੱਖ ਲੱਭ ਰਹੇ ਹਾਂ ਉੱਥੇ ਸੁੱਖ ਹੈ ਨਹੀਂ। ਕੌਣ ਹੱਸ ਰਿਹਾ ਦੁਨੀਆ 'ਤੇ? ਦੇਖੀਏ ਕਿਸੇ ਨੂੰ ਜਦ ਹੱਸਦਾ ਤਾਂ ਹਾਸਾ ਵੀ ਉਹਨਾਂ ਦਾ ਨਕਲੀ ਜਿਹਾ ਹਾਸਾ ਹੁੰਦਾ ਹੈ, ਥੋੜ੍ਹਾ ਬਹੁਤ ਹੀ, ਬਸ ਜ਼ਿਆਦਾ ਮੂੰਹ ਹੀ ਚੜਿਆ ਸਭ 'ਤੇ। ਦੁਖੀ ਇਨਸਾਨ ਕਿਸੇ ਆਪਣੇ ਸਰੀਰ ਤੋਂ ਦੁਖੀ, ਕੋਈ ਤੋਂ ਤਨ ਮਨ ਦੁਖੀ, ਕੋਈ ਚਿੱਤ ਉਦਾਸ। ਏਕ ਏਕ ਦੁੱਖ ਸਭਨ ਕੋ ਸੁਖੀ ਸੰਤ ਕਾ ਦਾਸ। ਜਿਹਨੇ ਬਿਰਲੇ ਬਿਰਲੇ ਕੋਈ ਸੰਤਾਂ ਮਹਾਂਪੁਰਸ਼ਾਂ ਨੇ ਬੰਦਗੀ ਕੀਤੀ ਉਹ ਸੁੱਖ ਲੈ ਗਏ। ਨਾ ਸੁਖੀ ਹੈ ਕੌਣ ਹੈ? ਕੋਈ ਤਾਂ ਤਨ ਮਨ ਦੁਖੀ, ਕੋਈ ਚਿੱਤ ਉਦਾਸ। ਏਕ ਏਕ ਦੁੱਖ ਸਭਨ ਕੋ ਸੁਖੀ ਸੰਤ ਕਾ ਦਾਸ। ਉਹ ਬਿਰਲੇ ਬਿਰਲੇ ਮਹਾਂਪੁਰਸ਼ ਨੇ ਜਿਹਨਾਂ ਨਾਮ ਜਪਿਆ ਉਹ ਸੁੱਖ ਲੈ ਗਏ। ਬੰਨਾ ਸੁੱਖ ਹੈ ਕਿੱਥੇ ਹੈ? ਕੌਣ ਹੱਸਦਾ ਹੈ ਦੁਨੀਆਂ 'ਤੇ? ਜਾਂ ਤੋ ਕੋਈ ਦੀਵਾਨਾ ਹੱਸੇ ਜਾਂ ਤੂੰ ਜਿਸੇ ਤੌਫੀਕ ਦੇ, ਵਰਨਾ ਇਸ ਦੁਨੀਆ ਮੈਂ ਆਕਰ ਮੁਸਕਰਾਤਾ ਕੌਣ ਹੈ? ਸਭ ਰੋਂਦੇ ਦੇਖੇ। ਕਈਆਂ ਨੂੰ ਬਿਮਾਰੀਆਂ ਸਰੀਰ ਦੀਆਂ ਲੱਗੀਆਂ, ਇੱਕ ਦਾ ਇਲਾਜ ਹੋ ਰਿਹਾ, 10 ਹੋਰ ਨਾਲ ਆ ਰਹੀਆਂ, ਹੋਰ ਪੈਦਾ ਹੋ ਰਹੀਆਂ। ਇੱਕ ਦੀ ਦਵਾਈ ਖਾ ਰਿਹਾ, 4 ਦੀ ਦਵਾਈ ਹੋਰ ਲੈ ਕੇ ਆ ਜਾਂਦਾ ਨਾਲ। ਉਹ ਕੋਈ ਸਰੀਰ ਤੋਂ ਦੁਖੀ ਹੈ, ਕੋਈ ਕਿਸੇ ਗੱਲ ਤੋਂ ਦੁਖੀ ਹੈ, ਕੋਈ ਪੁੱਤਰਾਂ ਤੋਂ ਦੁਖੀ ਹੈ, ਕੋਈ ਧੀਆਂ ਤੋਂ ਦੁਖੀ ਹੈ। ਸੁੱਖ ਹੈ ਕਿੱਥੇ ਹੈ? ਕਿਸੇ ਵੀ ਜੂਣ ਵਿੱਚ ਚਲੇ ਜਾਈਏ, ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਫਿਰੇ ਭਟਕਤਾ ਖਾਨ ਖਾਨ ਮੈਂ, ਜੋਨ ਜੋਨ ਵਿੱਚ ਚੱਖ ਮਾਰਾ। ਹਰ ਜਨਮ ਵਿੱਚ ਤੂੰ ਦੁਖੀ ਹੋਏਗਾ। 30 ਲੱਖ ਕਿਸਮ ਦੇ ਦਰਖਤ ਜੋ ਜੂਨਾਂ ਨੇ ਸਾਡੀਆਂ, 27 ਲੱਖ ਕਿਸਮ ਦੇ ਕੀੜੇ ਮਕੌੜੇ, 9 ਲੱਖ ਕਿਸਮ ਦੇ ਜਲ ਦੇ ਜੀਵ, 4 ਲੱਖ ਕਿਸਮ ਦੇ ਜਿਨ ਕਿਨਰ ਇਨਸਾਨ ਔਰ ਹੈਵਾਨ ਵਗੈਰਾ, ਇਹ 84 ਬਣਦੀ ਹੈ। ਇਹਨਾਂ ਜਨਮਾਂ ਵਿੱਚ ਜਾਵਾਂਗੇ, ਆਵਾਂਗੇ, ਜੰਮਾਂਗੇ, ਮਰਾਂਗੇ। ਹਰ ਜੂਨ ਵਿੱਚ ਜਾ ਕੇ ਅਸੀਂ ਦੁੱਖ ਸਮਾਂਗੇ, ਜੋ ਗੁਰੂ ਸਾਹਿਬ ਜੀ ਬਾਣੀਆਂ ਦੁਆਰਾ ਫਰਮਾ ਰਹੇ ਨੇ, ਠੀਕ ਫਰਮਾ ਰਹੇ ਨੇ। ਹਾਂਜੀ, ਦਮ ਦਮ ਦੁਖੀ ਕਸ਼ਟ ਭੋਗੇ, ਸੁਣੇ ਕੌਣ ਅਬ ਬਵਾਰ। ਗੁਰੂ ਸਾਹਿਬ ਜੀ ਬੜਾ ਪਿਆਰ ਦੇ ਨਾਲ ਫਰਮਾ ਰਹੇ ਨੇ, ਤਰੀਕੇ ਦੇ ਨਾਲ ਸਮਝਾ ਰਹੇ ਨੇ, ਸਿਸਟਮੈਟਿਕਲੀ ਇਸ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਰਹੇ ਨੇ ਕਿ ਜੋਣ ਜੋਣ ਵਿੱਚ ਤੂੰ ਦੁਖੀ ਹੋਏਗਾ ਔਰ ਦੁੱਖ ਸਹੇਗਾ ਤੂੰ। ਆਉਣ ਵਾਲਾ ਕੋਈ ਰਸਤਾ ਸਾਡਾ ਕੋਈ ਬਹੁਤਾ ਅੱਛਾ ਨਹੀਂ। ਇਹ ਸੰਤਾਂ ਮਹਾਂਪੁਰਸ਼ਾਂ ਨੂੰ ਪਤਾ ਹੈ। ਹਜ਼ੂਰ ਮਹਾਰਾਜ ਜੀ ਕਈ ਵਾਰ ਸਤਸੰਗ ਫਰਮਾਉਂਦੇ ਹੁੰਦੇ ਸੀ ਕਿ ਪੂਰਨ ਸੰਤ ਮਹਾਤਮਾ ਜਦੋਂ ਆਪਣੇ ਦੇਸ਼ ਨੂੰ ਜਾਂਦੇ ਆ, ਉਹ ਬੰਦਗੀ ਕਰਕੇ ਦੇਖਦੇ ਆ ਰਸਤੇ ਵਿੱਚ ਜੋ ਨਰਕਾਂ ਸਵਰਗਾਂ ਦੇ ਹਾਲ ਦੇਖਦੇ ਆ, ਫਿਰ ਉਹਨਾਂ ਨੇ ਬਾਹਰ ਆ ਕੇ ਬਾਣੀਆਂ ਬਣਾਈਆਂ ਨੇ ਸਾਨੂੰ ਸਮਝਾਉਣ ਵਾਸਤੇ। ਮਹਾਰਾਜ ਜੀ ਕਈ ਵਾਰ ਸਤਸੰਗ ਫਰਮਾਉਂਦੇ ਹੁੰਦੇ ਕਿ ਨਰਕਾਂ ਦੇ ਮੁਖਤਿਆਰ ਨੂੰ ਪੁੱਛਿਆ ਕਿ ਜਿਹੜੀ ਹਾਏ ਹਾਏ ਕਾਰ ਹੋ ਰਹੀ ਹੈ, ਜੀਵ ਸੜ ਰਹੇ ਨੇ, ਇਤਨਾ ਬਾਲਣ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ? ਤਾਂ ਉਹਨੇ ਕਿਹਾ ਸੀ, ਅਸੀਂ ਨਹੀਂ ਬਾਲਣ ਲਿਆਉਂਦੇ, ਜਿਹੜੇ ਉੱਧਰੋਂ ਮਾੜੇ ਕਰਮ ਕਰਕੇ ਆਉਂਦੇ ਉਹ ਆਪਣਾ ਬਾਲਣ ਆਪੇ ਚੁੱਕੀ ਆਉਂਦੇ ਆ, ਉਹ ਆਪੇ ਹੀ ਸੜ ਰਹੇ ਨੇ। ਜਿਹੜੀ ਹਾਏ ਹਾਏ ਕਾਰ ਹੋ ਰਹੀ ਹੈ, ਗੁਰੂ ਸਾਹਿਬ ਜੀ ਫਰਮਾਉਂਦੇ ਹੁੰਦੇ ਸਨ ਕਿ ਕਈ ਕਿਸਮ ਦੇ ਨਰਕ ਨੇ, ਛੋਟੇ ਬੜੇ, ਕੋਈ ਕੁੰਭੀ ਨਰਕ, ਕੋਈ ਪਾਕ ਵਾਲਾ ਨਰਕ, ਜਿਹੋ ਜਿਹੇ ਕਰਮ ਕੀਤੇ ਨੇ ਅਸੀਂ ਉੱਥੇ ਚਲੇ ਜਾਵਾਂਗੇ ਅਸੀਂ, ਔਰ ਦੁੱਖ ਸਮਾਂਗੇ ਇੱਕ ਨਾਮ ਤੋਂ ਬਗੈਰ।
ਹਾਂਜੀ ਕਰੇ ਪੁਕਾਰ ਕਾਰਗਰ ਨਾਹੀਂ ਪੜੇ ਨਰਕ ਮੇ ਜਮ ਤਾਰ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਰੇ ਪੁਕਾਰ ਕਾਰਗਰ ਨਾਹੀਂ ਪੜੇ ਨਰਕ ਮੈਂ ਜਮ ਤਾਰਾ ਫਿਰ ਕੁਛ ਹੋ ਨਹੀਂ ਸਕਦਾ ਵਕਤ ਬੀਤਣ ਤੋਂ ਬਾਅਦ ਜਦੋਂ ਬੰਦਾ ਆਖਰੀ ਸਵਾਵਾਂ 'ਤੇ ਚਲੇ ਜਾਂਦਾ ਸਵਾਸਾਂ 'ਤੇ ਸਾਰਾ ਉਸਨੂੰ ਆਪਣਾ ਇਤਿਹਾਸ ਨਜ਼ਰ ਆਉਂਦਾ ਕਿ ਮੈਂ ਜ਼ਿੰਦਗੀ ਵਿੱਚ ਕੀ ਕੀਤਾ ਆਪਣਾ ਵਕਤ ਗਵਾ ਲਿਆ ਮੈਂ ਕੰਮ ਕਰ ਲੈਂਦਾ ਤਾਂ ਚੰਗਾ ਸੀ ਉਸ ਵੇਲੇ ਫਿਰ ਕੋਈ ਚਾਰਾ ਚੱਲਦਾ ਨਹੀਂ ਕੋਈ ਸੁਣਵਾਈ ਨਹੀਂ ਹੁੰਦੀ ਉਸ ਵੇਲੇ ਕਿ ਉਹ ਵਕਤ ਬੀਤ ਚੁੱਕਾ ਹੈ ਵਕਤ ਬੀਤਣ ਤੋਂ ਬਾਅਦ ਪਛਤਾਵਾ ਹੀ ਹੁੰਦਾ ਹੋਰ ਕੁਛ ਨਹੀਂ ਉਸ ਵੇਲੇ ਬੰਦਾ ਝੂਰਦਾ ਵੀ ਆਪਣੇ ਕਰਮਾਂ ਨੂੰ ਕੀਤੇ ਹੋਏ ਨੂੰ ਪਰ ਹੋ ਗਿਆ ਲੇਖਾ ਜੋਖਾ ਬਣ ਗਿਆ ਇਹ ਮਤ ਸੋਚੀਏ ਇਹ ਆਪਣੇ ਦਿਲ 'ਚੋਂ ਗੱਲ ਕੱਢ ਦੇਈਏ ਕਿ ਸਾਡੇ ਕੋਲੋਂ ਕਿਸੇ ਨੇ ਹਿਸਾਬ ਨਹੀਂ ਲੈਣਾ ਅਸੀਂ ਆਪਣੇ ਧੀ ਪੁੱਤਰ ਨੂੰ ਕੋਈ ਵਪਾਰ ਕਰਨ ਵਾਸਤੇ ਭੇਜਦੇ ਹਾਂ ਉਸਨੂੰ ਲੱਖ ਦੋ ਲੱਖ ਦਿੰਦੇ ਹਾਂ ਆ ਕੇ ਹਿਸਾਬ ਲੈਂਦੇ ਹਾਂ ਕੀ ਵੱਟਿਆ ਕੀ ਖੱਟਿਆ ਕੀ ਲੈ ਕੇ ਆਇਆ ਤੂੰ ਜਿਸ ਮਾਲਕ ਨੇ ਸਾਨੂੰ 24,000 ਸਵਾਸ ਰੋਜ਼ ਦਾ ਦੇ ਕੇ ਭੇਜਿਆ ਸੀ ਸਾਨੂੰ ਪੁੱਛਣਗੇ ਨਹੀਂ ਉਹ ਕਿੱਥੇ ਲਾਏ ਸਵਾਸੇ ਤੂੰ ਮੇਰੇ ਲੇਖੇ ਕਿੰਨੇ ਲਾਏ ਆ ਜਿਹੜਾ ਰੋਜ਼ੀ ਰੋਟੀ ਦੇ ਰਿਹਾ ਜਿਸਨੇ ਪੈਦਾ ਕੀਤਾ ਹੈ ਇਤਨਾ ਬੜਾ ਅਹਿਸਾਨ ਸਾਡੇ 'ਤੇ ਕਰ ਰਿਹਾ ਸਾਨੂੰ ਦੇ ਵੀ ਰਿਹਾ ਮੀਨਾ ਵੀ ਨਹੀਂ ਮਾਰਦਾ ਦੇਖੋ ਕਿਤਨਾ ਦਿਆਲ ਹੈ ਉਹ ਦਿੰਦਾ ਵੀ ਹੈ ਪਰ ਮੀਨਾ ਵੀ ਨਹੀਂ ਮਾਰਦਾ ਪੁੱਛਿਆ ਜਾਏਗਾ ਸਾਡੇ ਕੋਲ ਕਿੱਥੇ ਖਰਚੇ ਤੂੰ ਕੀ ਜਵਾਬ ਹੈ ਸਾਡੇ ਪਾਸ ਉਸ ਵੇਲੇ ਸਾਹਿਬ ਤੋਪੇ ਲੇਖਾ ਲੇ ਸੀ ਪੀੜ ਪਰੇ ਪਰ ਭਰ ਭਰ ਦੇਸੀ ਕਿਆ ਤੈਂ ਖਰਚਾ ਕਿਆ ਤੈਂ ਖਾਇਆ ਚੱਲ ਦਰਹਾਲ ਦੀਵਾਨ ਬੁਲਾਇਆ ਜਦੋਂ ਉੱਥੇ ਪੇਸ਼ ਹੋਣਾ ਪਊਗਾ ਧਰਮਰਾਜ ਦੇ ਸਭ ਕੁਛ ਲੇਖਾ ਜੋਖਾ ਸਾਡਾ ਉੱਥੇ ਹੋਣਾ ਕਿਆ ਤੈਂ ਖਰਚਾ ਕਿਆ ਤੈਂ ਖਾਇਆ ਚੱਲ ਦਰਹਾਲ ਦੀਵਾਨ ਬੁਲਾਇਆ ਸਾਹਿਬ ਤੋਪੇ ਲੇਖਾ ਲੇਸੀ ਪੀੜ ਪਰੇ ਪਰ ਭਰ ਭਰ ਦੇਸੀ ਉਸ ਵੇਲੇ ਸਾਨੂੰ ਕੋਈ ਛਡਾਉਣ ਵਾਲਾ ਨਹੀਂ ਹੋਏਗਾ ਕਿਉਂਕਿ ਵਕਤ ਬੀਤ ਚੁੱਕਾ ਹੈ ਜੋ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਤੁਹਾਨੂੰ ਠੀਕ ਸਮਝਾ ਰਹੇ ਨੇ ਹਾਂਜੀ ਕਰੇ ਪੁਕਾਰ ਕਾਰਗਰ ਨਾਹੀਂ ਪੜੇ ਨਰਕ ਮੇ ਜਮ ਤਾਰ ਪਟਕ ਪਟਕ ਨਰ ਦੇਈ ਪਾਈ ਇੰਦਰੀ ਮਨ ਮਿਲ ਯਾਮਾਰ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ ਪਟਕ ਪਟਕ ਨਰ ਦੇਹੀ ਪਾਈ ਇੰਦਰੀ ਮਨ ਮਿਲ ਯਹਾਂ ਮਾਰਾ ਮਨੁੱਖਾ ਜਨਮ ਸਾਨੂੰ ਮਿਲਿਆ ਸੀ 84,00,000 ਜੁਣ ਭੋਤ ਕੇ ਅੱਜ ਜੋ ਗਲੀਆਂ ਵਿੱਚ ਅਸੀਂ ਕੁੱਤੇ ਬਿੱਲੇ ਦੇਖਦੇ ਹਾਂ ਕਦੇ ਸੂਰ ਫਿਰ ਰਹੇ ਨੇ ਅਵਾਰਾ ਕਦੀ ਅਸੀਂ ਵੀ ਇਹਨਾਂ ਜੂਨਾਂ ਵਿੱਚ ਸੀ ਜਿਹੜੇ ਉਹ ਗਧੇ ਸੋਰ ਜਾਂ ਜਾਨਵਰ ਬਣੇ ਨੇ ਜਾਂ ਜੋ ਵੀ ਬਣੇ ਆ ਉਹ ਵੀ ਕਦੇ ਇਨਸਾਨ ਸੀ ਪਰ ਕਿਰਤ ਮਾੜੀ ਹੋ ਗਈ ਉਹਨਾਂ ਪਾਸ
ਥੱਲੇ ਚਲੇ ਗਏ ਦੁਬਾਰਾ, 84 ਵੀ ਚਲੇ ਗਏ। ਪ੍ਰਾਣੀ ਤੋਂ ਆਇਆ ਲਹਾ ਲੈਣ ਨੂੰ, ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਆਏ ਸੀ ਲਹਾ ਲੈਣ ਵਾਸਤੇ, ਮੋਲ ਵੀ ਗਵਾ ਕੇ ਜਾ ਰਹੇ ਸੀ। ਇਤਨੀ ਬੜੀ ਸਵਾਸਾਂ ਦੀ ਪੂੰਜੀ ਲੈ ਕੇ ਆਏ ਸੀ ਅਸੀਂ ਕਿ ਆਹ ਮਾਲਕ ਸਾਡੇ ਕੋਲ ਸਵਾਸਾਂ ਦੇ ਪੈਸੇ ਲੈ ਰਿਹਾ, ਅਸੀਂ ਦੇ ਰਹੇ ਹਾਂ ਕੋਈ ਸਵਾਸਾਂ ਦੇ ਪੈਸੇ, ਫਰੀ ਦੇ ਮਿਲੇ ਸਾਨੂੰ ਇਹ। ਲੇਕਿਨ ਉਹਦਾ ਧੰਨਵਾਦ ਨਹੀਂ ਕਰਨਾ ਚਾਹੀਦਾ ਸਾਨੂੰ, ਇਹਨੇ ਸਾਨੂੰ ਇਤਨਾ ਕੁਛ ਦਿੱਤਾ ਹੈ। ਦੁਨੀਆਂ ਵਿੱਚ ਸਾਡਾ ਕੋਈ ਕੰਮ ਕਰ ਦਿੰਦਾ, ਅਸੀਂ ਧੰਨਵਾਦ ਕਰਦੇ ਹਾਂ, ਭਾਈ ਤੇਰਾ ਧੰਨਵਾਦ, ਤੂੰ ਮੇਰਾ ਕੰਮ ਕੀਤਾ, ਤੈਨੂੰ ਮੈਂ ਯਾਦ ਰੱਖਾਂਗਾ। ਕਿਆ ਮਾਲਕ ਜੋ ਇਤਨਾ ਕੋਈ ਸਾਨੂੰ ਦੇ ਰਿਹਾ, ਦਿਨ ਚੜ੍ਹਦੇ ਨੇ ਰੋਟੀ ਮਿਲ ਜਾਂਦੀ ਹੈ, ਕੱਪੜਾ ਮਿਲਦਾ ਹੈ, ਸਭ ਕੁਛ ਮਿਲਿਆ, ਮਕਾਨ ਦਿੱਤੇ ਨੇ ਉਸਨੇ, ਉਹਦਾ ਧੰਨਵਾਦ ਨਹੀਂ ਕਰਨਾ ਚਾਹੀਦਾ ਸਾਨੂੰ? ਜਿਹੜਾ ਕਿਸੇ ਦੇ ਕੀਤੇ ਹੋਏ ਕਰਮ ਨੂੰ ਭੁੱਲ ਜਾਂਦਾ, ਕੋਈ ਹੋਰ ਵੀ ਬੰਦਾ ਹੋਵੇ, ਕੋਈ ਪਿੰਡ ਵਿੱਚ ਉਸਨੇ ਕੋਈ ਚੰਗਾ ਕੰਮ ਕਿਸੇ ਵਾਸਤੇ ਕੀਤਾ ਹੋਵੇ, ਅਗਰ ਉਹ ਭੁੱਲ ਜਾਂਦਾ, ਕਹਿੰਦੇ ਤੂੰ ਬੇਈਮਾਨ ਨਿਕਲਿਆ, ਤੇਰਾ ਮੈਂ ਕੰਮ ਕੀਤਾ ਸੀ। ਜਿਸ ਮਾਲਕ ਨੇ ਸਾਨੂੰ ਇਤਨਾ ਕੁਛ ਦਿੱਤਾ ਹੈ, ਅਗਰ ਨਹੀਂ ਕੰਮ ਕਰਾਂ ਤਾਂ ਅਸੀਂ ਬੇਈਮਾਨ ਹੋਵਾਂਗੇ, ਅਹਿਸਾਨ ਫਰਾਮੋਸ਼, ਅਕਿਰਤ ਕੰਨ, ਬੇਈਮਾਨ ਹੋਵਾਂਗੇ ਅਸੀਂ। ਇਤਨੀ ਸੋਹਣੀ ਜ਼ਿੰਦਗੀ ਦਿੱਤੀ, ਪਟਕ ਪਟਕ ਨਰ ਦੇਹੀ ਪਾਈ, ਇੰਦਰੀ ਮਨ ਮਿਲ ਜਹਾਂ ਮਾਰਾ ਥਿਆ ਕੇ, ਇੰਦਰੀ ਔਰ ਮਨ ਰਲੇ, ਕਿਸ ਤਰ੍ਹਾਂ ਤਾਲਮੇਲ ਬਣਦਾ ਇਹਨਾਂ ਦਾ ਆਪਸ ਵਿੱਚ, ਮਨ ਦਾ ਔਰ ਇੰਦਰੀਆਂ ਦਾ। ਇੰਦਰੀਓ ਕੇ ਬਸ ਮਨ ਰਹੇ, ਮਨ ਕੇ ਬਸ ਰਹੇ ਬੁੱਧ, ਤੈਂ ਘੱਟ ਸੁੱਖ ਕਿਉਂ ਪਾਈਏ ਜਾਂ ਐਸਾ ਜਹਾਂ ਵਿਰੁੱਧ। ਇੰਦਰੀਓ ਕੇ ਬਸ ਮਨ ਰਹੇ, ਮਨ ਨੂੰ ਕੁਛ ਨਹੀਂ ਪਤਾ ਕਿਸੇ ਗੱਲ ਦਾ। ਆ ਸਾਡੀਆਂ ਅੱਖਾਂ ਦਾ ਇੰਦਰਾ ਦੇਖਦੇ ਹਾਂ, ਇੱਕ ਲੜਕੀ ਨੇ ਗਹਿਣਾ ਪਾਇਆ, ਸੜਕ 'ਤੇ ਜਾ ਰਹੀ ਹੈ, ਗਿਆਨ ਕਿਹਨੇ ਦਿੱਤਾ? ਅੱਖਾਂ ਨੇ। ਮਨ, ਬੁੱਧ, ਚਿੱਤ, ਹੰਕਾਰ ਐਕਟੀਵੇਟ ਹੋ ਗਏ, ਫੜੇ ਹੋ ਗਏ। ਅੱਖਾਂ ਨੇ ਗਿਆਨ ਦਿੱਤਾ ਮਨ ਨੂੰ, ਮਨ ਨੇ ਅੱਗੇ ਰਿਪੋਰਟ ਭੇਜਤੀ ਬੁੱਧੀ ਨੂੰ ਅਤੇ ਕੀ ਕਰਨਾ ਚਾਹੀਦਾ, ਕੋਈ ਨਹੀਂ ਦੇਖਦਾ, ਖੋ ਲਈਏ ਸਭ ਕੁਛ, ਮਾਰ ਦਈਏ ਇਸ ਨੂੰ। ਹੰਕਾਰ ਆ ਗਿਆ ਕਿ ਇਸ ਨੂੰ ਜਿਸ ਤਰ੍ਹਾਂ ਵੀ ਹੋਵੇ ਖੋ ਲਓ, ਸਭ ਕੁਛ ਮਾਰ ਦਿਓ ਇਸ ਨੂੰ। ਕਿੱਥੇ ਆ ਕੇ ਜੋੜ ਮਿਲ ਮਿਲਿਆ, ਇੰਦਰੀ ਮਨ ਮਿਲ ਜਹਾਂ ਮਾਰਾ, ਇੱਥੇ ਆ ਕੇ ਅਸੀਂ ਮਾਰੇ ਗਏ, ਆ ਕੇ ਕਰਮ ਹੋ ਗਿਆ। ਅੱਖਾਂ ਨੇ ਦੇਖਿਆ, ਕੰਨਾਂ ਨੇ ਸੁਣਿਆ ਕਿ ਫਲਾਣੀ ਜਗ੍ਹਾ ਫਲਾਣੀ ਚੀਜ਼ ਪਈ ਹੈ, ਚੱਲ ਜਾ ਕੇ ਚੁੱਕ ਲਿਆਈਏ। ਚਲਾ ਗਿਆ, ਕਰਮਿੰਦਰੇ ਚਲੇ ਗਏ, ਸਾਡੇ ਹੱਥ ਪੈਰ ਕਰਮਿੰਦਰੇ ਨੇ। ਇਹ ਗਿਆਨ ਕੌਣ ਦਿੰਦਾ ਸਾਨੂੰ? ਇਹ ਗਿਆਨ ਇੰਦਰੇ, ਅੱਖਾਂ, ਕੰਨ, ਜੀਭ, ਨਾਸਿਕਾ, ਸਵਾਦ ਕੌਣ ਦੱਸਦਾ? ਜੀਭ, ਕੋਈ ਚੀਜ਼ ਖਾਂਦੇ ਹਾਂ, ਦੰਦਾਂ ਨੂੰ ਤਾਂ ਕੋਈ ਪਤਾ ਨਹੀਂ, ਇਹ ਤਾਂ ਵੱਢੋ ਟੁੱਕੀ ਕਰਨ ਵਾਲਾ ਹੀ ਹੈ, ਕਰਕੇ ਜੀਭ 'ਤੇ ਚਲੇ ਜਾਂਦਾ, ਜੀਭ 'ਤੇ ਸਵਾਦ ਬਣ ਜਾਂਦਾ, ਟੇਸਟ ਬਣ ਜਾਂਦਾ, ਅੱਗੇ ਫਿਰ ਇਹ ਫੈਸਲਾ ਕਰਦੀ ਹੈ ਕੀ ਕਰਨਾ ਕੀ ਨਹੀਂ ਕਰਨਾ। ਅਸੀਂ ਮਨ, ਬੁੱਧ, ਚਿੱਤ, ਹੰਕਾਰ, ਹੰਕਾਰ ਆ ਗਿਆ ਭਈ ਇਹ ਕਰਨਾ ਹੀ ਕਰਨਾ। ਕੋਠੀ ਲੈਣੀ ਹੈ, ਕਿਸੇ ਦੇਖਿਆ ਬੜੀ ਵਧੀਆ ਕੋਠੀ ਹੈ, ਅੱਖਾਂ ਨੇ ਦੇਖੀ ਹੈ, ਬਹੁਤ ਸੋਹਣੀ ਹੈ, ਕੰਨਾਂ ਨੇ ਵੀ ਫੈਸਲਾ ਹੋ ਗਿਆ, ਕੰਨ ਵੀ ਵਿੱਚ ਇਨਵਾਲਵ ਹੋ ਗਏ, ਇੱਕ ਦੂਜੇ ਨਾਲ ਗੱਲ ਕਰਨ ਵਾਸਤੇ, ਸੁਣਨ ਵਾਸਤੇ ਲੈਣੀ ਹੈ। ਮਨ ਕੋਲ ਫੈਸਲਾ ਚਲਾ ਗਿਆ ਵੀ ਲੈਣੀ ਹੈ, ਬਹੁਤ ਅੱਛੀ ਹੈ। ਬੁੱਧੀ ਕੋਲ ਗਿਆ, ਮਨ, ਬੁੱਧ, ਚਿੱਤ,
ਚਿੱਤ ਬਣ ਗਿਆ ਫਿਰ ਲੈਣੀ ਹੈ, ਅਹੰਕਾਰ ਵਿੱਚ ਆ ਗਿਆ ਜਿੱਦਾਂ ਲੈਣੀ ਹੈ ਲੈ ਲੈ, ਚਾਹੇ ਤੈਨੂੰ ਕੋਈ ਨੁਕਸਾਨ ਕਰਨਾ ਪਵੇ ਚਾਹੇ ਕਿ ਡਾਕਾ ਮਾਰਨਾ ਪਵੇ, ਲੈ ਲੈ ਕਰਮ ਬਣ ਗਿਆ। ਕਰਮ ਇਸ ਤਰ੍ਹਾਂ ਹੀ ਬਣਦੇ ਸਾਡੇ। ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਪਟਕ ਪਟਕ ਨਰ ਦੇਹੀ ਪਾਈ, ਇੰਦਰੀ ਮਨ ਮਿਲ ਜਹਾਂ ਮਾਰਾ, ਇੱਥੇ ਆ ਕੇ ਇਸ ਜੀਵ ਲੁੱਟਿਆ ਗਿਆ। ਹਾਂਜੀ, ਸਤਿਗੁਰ ਸੰਤ ਕਹਿ ਬਹੁਤੇਰਾ ਰਾਹ ਬਤਾਵੇ ਦਸ ਦੁਆਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ ਕਿ ਸੰਤ ਮਹਾਂਪੁਰਸ਼ ਬਥੇਰਾ ਸਾਨੂੰ ਸਮਝਾਉਂਦੇ ਨੇ। ਬੜੇ ਮਹਾਰਾਜ ਜੀ ਬਾਬਾ ਤੇਜਸ ਸਿੰਘ ਮਹਾਰਾਜ ਜੀ ਆਏ, ਸਤਸੰਗ ਕਰਦੇ ਰਹੇ, ਉਹ ਵੀ ਸਮਝਾਉਂਦੇ ਸਮਝਾਉਂਦੇ ਚਲੇ ਗਏ। ਬਾਬਾ ਜੀ ਆਏ, ਰੋਜ਼ ਸਤਸੰਗ ਕਰਦੇ ਸੀ, ਇਹੋ ਹੀ ਸਮਝਾਉਂਦੇ ਸੀ, ਆਪਸ ਵਿੱਚ ਪਿਆਰ ਕਰਿਓ, ਅੱਛੇ ਕਰਮ ਕਰਿਓ, ਭਜਨ ਕਰਿਓ, ਸਾਧ ਸੰਗਤ ਦੀ ਸੇਵਾ ਕਰਿਓ। ਲੇਕਿਨ ਦੇਖਣ ਵਿੱਚ ਤਾਂ ਇਹੋ ਆਉਂਦਾ, ਜਿੱਥੇ ਅੱਜ ਤੋਂ 40 ਸਾਲ ਪਹਿਲਾਂ ਖੜ੍ਹੇ ਸੀ, ਅੱਜ ਵੀ ਅਸੀਂ ਉੱਥੇ ਹੀ ਖੜ੍ਹੇ ਹਾਂ। ਸਾਡੇ 'ਚ ਕੋਈ ਬਦਲਾਓ ਹੀ ਨਹੀਂ ਆਇਆ, ਸਾਡੇ 'ਚ ਪਿਆਰ ਹੀ ਨਹੀਂ ਆਇਆ, ਸਾਡੇ 'ਚੋਂ ਚੀਜ਼ਾਂ ਘਟੀਆਂ ਹੀ ਨਹੀਂ, ਕਿਉਂਕਿ ਅਸੀਂ ਉਹ ਕੰਮ ਹੀ ਨਹੀਂ ਕੀਤਾ। ਅਸੀਂ ਇਹਨਾਂ ਚੀਜ਼ਾਂ ਨੂੰ ਤਾਕਤਾਂ ਦਿੱਤੀਆਂ ਵਧਣ ਵਾਸਤੇ, ਇਹ ਪ੍ਰਬਲ ਹੋਈਆਂ ਸਾਡੇ 'ਤੇ, ਹੈਵੀ ਹੋ ਗਈਆਂ। ਬੰਦੇ ਦੀ ਕਮਜ਼ੋਰੀ ਬੰਦੇ ਦਾ ਨੁਕਸਾਨ ਕਰਦੀ ਹੈ। ਇੱਕ ਕਮਜ਼ੋਰੀ ਮੰਨ ਲਓ ਕਿਸੇ ਵਿੱਚ ਕੋਈ ਨਸ਼ਾ ਕਰਨ ਦੀ ਹੈ, ਇਹ ਮਨ ਦੇ ਹੱਥ ਗੱਲ ਆ ਜਾਂਦੀ ਹੈ ਵੀ ਇਹ ਨਸ਼ਾ ਕਰਦਾ, ਉਹ ਮਜਬੂਰ ਕਰੇਗਾ ਸਾਨੂੰ। ਕੋਈ ਚੋਰੀ ਕਰਦਾ ਹੈ, ਕੋਈ ਹੋਰ ਕਰਮ ਕਰਦਾ ਹੈ, ਹੋਰ ਕਰਮ ਕਰਦਾ ਹੈ, ਉਹ ਜਾਏਗਾ। ਸਾਡੀ ਕਮਜ਼ੋਰੀ ਸਾਨੂੰ ਮਾਰ ਜਾਂਦੀ ਹੈ। ਬੰਦੇ ਨੂੰ ਇਹਦੀਆਂ ਗਰਜਾਂ ਨੇ ਕਮਜ਼ੋਰ ਬਣਾ ਕੇ ਰੱਖ ਛੱਡਿਆ। ਇਹ ਤਾਂ ਹੀਰਿਆਂ ਵਿੱਚੋਂ ਹੀਰਾ ਸੀ, ਇਹਨੂੰ ਚੋਰ ਬਣਾ ਕੇ ਰੱਖ ਛੱਡਿਆ। ਇਹ ਤਾਂ ਇੱਕ ਪਵਿੱਤਰ ਆਤਮਾ ਸੀ ਜਿਹੜੀ ਅੱਜ ਚੋਰ ਬਣ ਗਈ ਹੈ। ਸੰਤ ਮਹਾਂਪੁਰਸ਼ ਆਏ, ਸਮਝਾਇਆ ਸਾਨੂੰ, ਜੋ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਬਥੇਰਾ ਸਮਝਾਇਆ, ਪਰ ਅਸੀਂ ਵੈਸੇ ਦੇ ਵੈਸੇ ਰਹੇ। ਸਵਾਨ ਪੂਸ਼ ਜੋ ਪਏ ਨਾ ਸੂਦਿਓ, ਬਹੁਤ ਯਤਨ ਮੈਂ ਕੀਨੋ। ਸਵਾਨ ਪੂਸ਼ ਕਿਸ ਨੂੰ ਕਿਹਾ ਜਾਂਦਾ ਹੈ? ਸਵਾਨ ਕੁੱਤੇ ਨੂੰ ਕਹਿੰਦੇ ਹੈ। ਕੁੱਤੇ ਦੀ ਪੂਛ 12 ਸਾਲ ਬੰਜਰੀ ਵਿੱਚ ਪਾ ਛੱਡੋ, ਬਾਂਸ ਦੇ ਵਿੱਚ 12 ਸਾਲ ਬਾਅਦ ਕੱਢੀ, ਫਿਰ ਡਿੰਗੀ ਦੀ ਡਿੰਗੀ, ਅਸੀਂ ਉਹ ਹਾਂ। ਬਥੇਰਾ ਸਮਝਾਇਆ, ਬੜਾ ਪਿਆਰ ਵੀ ਕੀਤਾ ਸਾਨੂੰ ਉਹਨਾਂ ਨੇ। ਅਸੀਂ ਗੁਰੂ ਬਣਾ ਲਿਆ, ਬਾਬਾ ਜੀ ਨੂੰ ਗੁਰੂ ਬਣਾ ਲਿਆ, ਲੇਕਿਨ ਗੁਰੂ ਦੀ ਗੱਲ ਨਹੀਂ ਮੰਨੀ, ਕਹਿੰਦੇ ਹੀ ਚਲੇ ਗਏ। ਆਉਣਗੇ ਸੰਤ ਮਹਾਂਪੁਰਸ਼, ਚਲੇ ਜਾਣਗੇ ਆਪਣਾ ਆਪਣਾ ਹੋਕਾ ਦੇਖ ਕੇ, ਜੋ ਗੁਰੂ ਸਾਹਿਬ ਜੀ ਬਾਣੀਆਂ ਦੁਆਰਾ ਸਮਝਾ ਰਹੇ ਨੇ, ਠੀਕ ਸਮਝਾ ਰਹੇ ਨੇ। ਹਾਂਜੀ, ਬਚਨ ਮਾਨੇ ਕਹਿਣ ਪਕੜੇ ਫਿਰ ਫਿਰ ਪਰਮੇ ਨੌਵਾਰ। ਹਾਂਜੀ, ਪੜੋ। ਫੂਕਟ ਧਰਮ ਪਕੜ ਕਰ ਜੂਜੇ ਬੂਝੇ ਨਾ ਸ਼ਬਦ ਜੁਗਤ ਪਾਰ। ਜੀਵ ਅਭਾਗ ਕਹੂੰ ਮੈਂ ਕਿਆ ਕਿਆ ਬਾਹਰ ਪਰਮੇ ਪੌਜਾਰ। ਅੰਤਰਮੁਖ ਜੋ ਸ਼ਬਦ ਕਮਾਈ ਤਾਂ ਮੈਂ ਮਨ ਕੋ ਨਹੀਂ ਗਾਰ।
ਵੇਦ ਸ਼ਾਸਤਰ ਸਿਮਰਤ ਔਰ ਪੁਰਾਣਾ ਪੜ ਪੜ ਕਰ ਸਭ ਪੰਡਤ ਹਾਰ ਬਿਨ ਸਤਿਗੁਰ ਔਰ ਬਿਨਾ ਸ਼ਬਦ ਸੁਰਤ ਕੋਈ ਨ ਉਤਰੇ ਪਉ ਪਾਰ ਯਹੀ ਬਾਤ ਪਾਖੀ ਮੈਂ ਚੁਣ ਕਰ ਅਬ ਤੋ ਮਾਨੋ ਗੁਰ ਪਿਆਰ ਰਾਧਾ ਸੁਆਮੀ ਕਾ ਬੁਝਾਈ ਸੁਰਤ ਚੜਾਓ ਨਵ ਦੁਆਰ।